तन तन सतगुरु नानक तेरा सब सदका अनंत ईश्वर दरबार नानक सर तन तन श्री गुरु अमरदास जी के अवतार दिहाड़ी की खुशी विच पूर्ण महापुरख बदनी कलां वाले बाबा जी वालों 25वां धार्मिक समागम जी ब्लॉक डी डी ए पार्क संत नगर एक्स चौखंडी दिल्ली विखे मिति 6 मई तो 10 मई तक बड़ी ही श्रद्धा नाल करवाया गया। इस मौके संगतां दूरों दूरों नतमस्तक होईयां जिन्हां ने इस धार्मिक समागम विच शिरकत की। इस मौके अमोलक वचन ते अमृत संचार होया अते संगतां गुरु जी दे रंगां विच रंग गईयां। इस मौके गुरु के लंगर भी अतुट वरताए गए जिन्हां नूं संगतां ने बड़ी ही श्रद्धा नाल छकिया। साडी टीम ने बाबा जी नाल गलबात की जिन्हां ने सानूं धार्मिक समागम बारे जानकारी दित्ती। आओ नज़र मारदे हां 25वें धार्मिक समागम दीआं झलकियां ते। Thank you.
ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹ ਭਾਗਾਂ ਵਾਲੇ ਹਨ ਤੇ ਜਿਨ੍ਹਾਂ ਨੇ ਨਹੀਂ ਛਕਿਆ ਉਹ ਜ਼ਰੂਰ ਛਕੋ ਪਿਆਰੀ ਸਾਧ ਸੰਗਤ ਗੁਰੂ ਵਾਲੇ ਬਣੀਏ ਤੇ ਗੁਰੂ ਮਹਾਰਾਜ ਫਿਰ ਆਪਣੇ ਸੇਵਕ ਦੀ ਬਾਂਹ ਫੜ ਕੇ ਰੱਖਦੇ ਹਨ ਪਿਆਰੀ ਸਾਧ ਸੰਗਤ ਤੇ ਗੁਰੂ ਸਾਹਿਬ ਵੀ ਬਚਨ ਕਰ ਰਹੇ ਹਨ ਆਓ ਆਪਾਂ ਸਰਵਣ ਕਰੀਏ ਅੰਮ੍ਰਿਤ ਨਾਮ ਨਿਦਾਨ ਹੈ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਆਨੰਦੀਸ਼ਵਰ ਦਰਬਾਰ ਬੱਧਨੀ ਕਲਿਆਂ ਵਾਲੇ ਪੂਰਨ ਮਹਾਂਪੁਰਖ ਬਾਬਾ ਜੋਰਾ ਸਿੰਘ ਜੀ ਬੱਧਨੀ ਵਾਲੇ ਉਹਨਾਂ ਦੀ ਰਹਿਨਮਈ ਚ ਦੀਵਾਨ ਚੱਲ ਰਹੇ ਨੇ ਤੁਸੀਂ ਸਪੈਸ਼ਲ ਰੂਪ ਦੇ ਵਿੱਚ ਇੱਥੇ ਪੁੱਜੇ ਹੋ ਕੀ ਕਹਿਣਾ ਚਾਹੋਗੇ ਸਰ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਡੇ ਬੜੇ ਧੰਨਵਾਦ ਆ ਸੰਤ ਮਹਾਂਪੁਰਖ ਅੱਜ ਆਪਣੇ ਆਪਣੇ ਏਰੀਆ ਦੇ ਵਿੱਚ ਗੁਰਸਿੱਖੀ ਦਾ ਧਰਮ ਦਾ ਪ੍ਰਚਾਰ ਕਰ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੌਕੇ ਤੋਂ ਚੱਲ ਕੇ ਉਹਨਾਂ ਨੇ ਦਿੱਲੀ ਦੇ ਸਿੱਖਾਂ ਦੇ ਲਈ ਦਿੱਲੀ ਦੇ ਸਿੱਖਾਂ ਨੂੰ ਪਾਣੀ ਨਾਲ ਬਾਣੇ ਨਾਲ ਧਰਮ ਨਾਲ ਜੋੜਨ ਦੇ ਲਈ ਇੱਥੇ ਡੇਰਾ ਬਣਾਇਆ ਔਰ ਹਰ ਸਾਲ ਇੱਥੇ ਇੱਕ ਬਹੁਤ ਵੱਡਾ ਸਮਾਗਮ ਜਿਹਨੂੰ ਗੁਰਮੁਖ ਸਮਾਗਮ ਕਿਹਾ ਜਾਂਦਾ ਉਹ ਚਾਰ ਪੰਜ ਦਿਨ ਦਾ ਇੱਕ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਖਰੀ ਦਿਨ ਇਹ ਧਰਮ ਪ੍ਰਚਾਰ ਵੀ ਕਰਦੇ ਹਾਂ ਅੰਮ੍ਰਿਤ ਸੰਚਾਰ ਕਰਦੇ ਹਾਂ ਇਹ ਬਹੁਤ ਵੱਡੀ ਗੱਲ ਹੈ
मैं समझा के गुरु की रहमत और बख्शे से तकरीबन 20 तरीक न इतों नगर कीर्तन फतेह नगर तो चल के पंजाब वाल जाना सी। मुकरबा चौंक के उत्ते जिस तरह की सेवा इन्होंने महापुरशा ने की है वो एक लामिसाल है। पहले उन्होंने केस रखाओ, गाड़ियाँ रखाओ, फिर पानी नाल जोड़ो, उन्होंने प्रेरणा दो कि जब से ज़्यादा पाठ चढ़ाया तो मैं समझा वहाँ के इस इलाके दे विच जड़ा के सिखां दा गढ़ हैगा दिल्ली दे विच और इन्हां तो फिर वो सेध लैके जितियां सिंह सभावां वो भी अपने प्रबंध राही अपने इलाके के बच्चों नूं गुरु वाले बनाएंगे बाणी और बाणे के धारनी बनाएंगे। इन लक्ष्यों राही मैं इन संत महापुरखों के अपना धन्यवाद और आस करता हूँ ये संत महापुरख ही सिंह का सेवा करते रहे। तू हिरन की खान जे सिर
ਦਿੱਤਿਆਂ ਰੀਜਨੈ ਤਾਂ ਲੈ ਮੇਰੇ ਸੁਲਤਾਨ। ਉਹ ਗੁਰੂ ਪਾਤਸ਼ਾਹ ਜੇ ਤੈਨੂੰ ਸਿੱਖ ਦੇ ਸਿਰ ਦੀ ਲੋੜ ਹੈ ਤੇ ਸਿਰ ਹਾਜ਼ਰ ਹੈ। ਲੋਕੀ ਪੜਦਾ ਪੱਲਾ ਫੜਦੇ ਰਹੇ, ਰਾਹ ਰੋਕਦੇ ਰਹੇ, ਦਿਆ ਰਾਮ ਬਚਦਾ ਬਚਾਉਂਦਾ ਗੁਰੂ ਕੋਲ ਪਹੁੰਚ ਗਿਆ। ਭਈ ਗੁਰੂ ਕੋਲ ਪਹੁੰਚੇਗਾ ਉਹੀ ਉਹ ਜੋ ਸੰਸਾਰ ਨੂੰ ਕੰਢ ਕਰੇ। ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਪੰਕਤੀ ਪੜਿਆ ਕਰਦੇ ਸਨ, ਕੰਧ ਕੈਰ ਕਹਾਰ ਦੀ ਨੰਦ ਸਿੰਘਾ ਸਾਧੂ ਟੱਪਦੇ ਟੱਪਦੇ ਟੱਪ ਗਏ। ਕੰਧ ਕੈਰ ਕਹਾਰ ਦੀ ਨੰਦ ਸਿੰਘਾ ਸਾਧੂ ਟੱਪਦੇ ਟੱਪਦੇ ਟੱਪ ਗਏ ਤੇ ਮਨਮੁਖ ਮੋਹ ਮਾਇਆ ਦੇ ਚਿੱਕੜ ਵਿੱਚ ਨਿੱਤ ਖਪਦੇ ਖਪਦੇ ਖਪ ਗਏ। ਅਸੀਂ ਮੋਹ ਮਾਇਆ ਦੇ ਚਿੱਕੜ ਵਿੱਚ ਗਲਤਾਨ, ਕਲਯੁਗੀ ਜੀਵ, ਉਮਰਾਂ ਛੋਟੀਆਂ ਤੇ ਬੁੱਧਾਂ ਮੋਟੀਆਂ। ਕੌਣ ਗੁਰੂ ਨੂੰ ਸਭ ਕੁਛ ਆਪਣਾ ਅਰਪਣ ਕਰੇ ਜਿਸ ਦੇ ਅੰਦਰ ਇਹ ਪ੍ਰੀਤ ਇਹ ਭਾਵਨਾ ਪ੍ਰਬਲ ਹੋਵੇ? ਫਿਰ ਉਸਦਾ ਟੈਕਸ ਅਸੀਂ ਨਹੀਂ ਦੇਣਾ, ਉਸਦੀ ਰੱਖ ਰਖਾਵ ਮੇਨਟੇਨੈਂਸ ਸਾਡੇ ਜ਼ਿੰਮੇ ਨਹੀਂ। ਆਖਿਆ ਆਪਣਾ ਮਨ ਗੁਰੂ ਨੂੰ ਅਰਪਣ ਕਰ, ਗੁਰੂ ਦੀ ਆਗਿਆ ਤੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਗੁਰ ਕੀ ਆਗਿਆ ਮਨ ਮੇ ਸਹਿ, ਇਹ ਹੁਣ ਗੁਰੂ ਦੀ ਆਗਿਆ ਹੈ ਸਾਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਪੌਲ, ਇਹ ਪ੍ਰਾਪਤ ਕਰਨਾ ਇਹ ਗੁਰੂ ਦੀ ਆਗਿਆ ਹੈ। ਸਫਲ ਤਿਨਾ ਦੇ ਦੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਭਾਗਾਂ ਵਾਲਾ ਪੀਵੇ। ਤਾਂ ਸੰਗਤ ਕੱਲ ਪਤਾ ਲੱਗੇਗਾ ਤੁਹਾਡੇ ਵਿੱਚੋਂ ਕੌਣ ਕੌਣ ਭਾਗਾਂ ਵਾਲਾ, ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਗੇ ਉਹ ਭਾਗਾਂ ਵਾਲੇ ਨੇ। ਜਪੋ ਸ੍ਰੀ ਵਾਹਿਗੁਰੂ। ਅੰਮ੍ਰਿਤ ਨਾਮ, ਅੰਮ੍ਰਿਤ ਸ਼ਬਦ, ਅੰਮ੍ਰਿਤ ਬਾਣੀ, ਅੰਮ੍ਰਿਤ ਨਦਰ, ਤੇ ਫਿਰ ਪੀਵੋ ਪਾਵਲ ਖੰਡੇਦਾਰ ਹੋਏ ਜਨਮ ਸੁਹੇ। ਇਹ ਸਾਰੇ ਹੀ ਅੰਮ੍ਰਿਤ ਹਨ ਗੁਰੂ ਨਾਨਕ ਦੇ ਘਰ, ਪਰ ਕੋਈ ਪਾਕਾਂ ਵਾਲਾ ਪੀਵੇਗਾ ਜਿਸੇ ਗੁਰੂ ਨਜ਼ਰ ਕਰੇਗਾ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਬਾਬਾ ਜ਼ੋਰਾਵਰ ਸਿੰਘ ਜੀ ਮਹਾਂਪੁਰਖਾਂ ਦੇ, ਬਾਬਾ ਜ਼ੋਰਾ ਸਿੰਘ ਜੀ ਮਹਾਂਪੁਰਖਾਂ ਦੇ, ਬਾਬਾ ਗੁਰਬਖਸ਼ ਸਿੰਘ ਜੀ, ਅੱਜ ਉਹਨਾਂ ਦੀ ਜੋ ਬਾਣੀ ਦਾ ਰਸ ਔਰ ਮਹਿਮਾ ਔਰ ਗੁਰੂ ਪ੍ਰਤੀ ਇਸ ਇਲਾਕੇ ਦੀ ਸੰਗਤ ਨੂੰ ਜੋੜ ਰਹੇ ਹਨ। ਅਸੀਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਮਹਾਂਪੁਰਖਾਂ ਨੂੰ ਸਖ਼ਤ ਸਖ਼ਤ ਨਮਸਕਾਰ ਕਰਦੇ ਹਾਂ। ਜਦ ਮੈਂ ਆ ਰਿਹਾ ਸੀ ਤਾਂ ਰਾਗੀ ਸਿੰਘ ਉਸ ਵਕਤ ਵੀ ਸੰਗਤਾਂ ਨੂੰ ਪ੍ਰੇਰ ਰਹੇ ਸਨ ਕਿ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਹੈ। ਹੁਣ ਵੀ
भाई नारायण सिंह जी जेडे गुरु घर के महान कीर्तियां के परिवार चों हन उन्होंने भी प्रसंग जिहड़ा सी उह लाया सी कि जिस तरह दसम पातशाह ने आनंदपुर के किले तो आनंदपुर साहब तो पंजाब सिंघां दी मंग कीती सी ते भाई दया सिंह जी का वरदान दस रहे सन बहुत सुंदर वरदान दस्या उन्होंने। मैं ये गल कहने तो मैं नहीं पता शायद गल तो आऊंगा पर मैं पहले मापक देखे ने जेड़े के समागम के अमृत संचार की गल करते हैं संगत को प्रेरते हैं कि आओ अमृतधारी बनो गुरु वाले बनो तो एक बार गुरु वाले बन के देखो तो फिर देखो दुनिया की कोई शह कोई टूणा कोई टाणा थोड़े तो असर कर जाए। मैं जिन्हों पासों अमृत की दात लई सी तो उन्होंने ये कहा कि अज तो बाद ये तो हो सकता है कोई मुसलमान फकीर होर टूने कराने वाला इस दीवार के घोड़े घोड़ा कर पर यह नहीं हो सकता तेरे ते कोई वार कर जा कोई टूना कर जा। अज बड़ा अरसा हो गया उसकी रहमत है कि मैं तो एक गल कह सकता वा जे इस तरह महापुरख अपने कीर्तन समागम कर रहे अमृत संचार अमृत संचार मैं बाबा जी दस रहे सन भाई 25 साल तो अभी समागम कर रहे अमृत की दात नहीं दे रहे हैं तो मैं ये गल कह सकता वा कि जे सारे जितने भी पंजाब के विच डेरे हैं संत महापुरख हैं जे सारे बाबा जी के नक्शे कदम से चल के अमृत संचार करन तां शायद एक भी पत्र सिख सानू पंजाब दा नहीं मिलदा। एक अज एक औरत कह रही थी कि मैं उस पंजाब च आई हाँ तो मैं दस्तारा नज़र नहीं आ रही पकड़ियाँ नज़र नहीं आ रही तो जे ये महापुरख सारे बीड़ा चुकना है फिर दस्तारा ही दस्तारा नजर आ रही तो कौम चढ़ी कला भी चाहिए। अज असी एक संकटमई समय तो गुजर रहे मैं ज्यादा ना कहता हो किधरे मैं दूजे पास ना लै जावा पर मैं बहुत जितना धन्यवाद कर सकिए उन्ना थोड़ा इन्होंने महापुरखों के नाल पहली बार मैं संपर्क जब 20 तरीक नगर कीर्तन दिल्ली तो पटियाले तक जा रहा है तो मुकरबा चौंक के उत्ते प्रांतों नगर के बाहर इतना वड्डा पंडाल ला के जो इन्होंने लंगर की संगत की सेवा की गुरु की सेवा की गुरु प्रति अपना आदर से सत्कार भेट किया जबान दे रहे नहीं दसी जा सकती। मेरी अरदास उस अकाल पुरख अगे सच्चे पातशाह यह जिया रूहों नूं बल बख्शो हिम्मत बख्शो इस तरह कौम की सेवा करते रहन और इलाके जिन्हें भी इलाके गुरमत समागम करन उत्थे दी संगत नूं गुरु वाले भी बनाउण। मैं एक बेनती करनी चाहता इस इलाके की संगत नूं जिन्होंने हाले अमृत की दात नहीं लई कल इतनी वड्डी गिणती विच तुसी अमृत की दात दे लैणी इन्हां पासों कि एक इतिहास सर्जिया जाए इतनी बेनती करता आया जो मान सत्कार महापुरखों ने सानू दिता है साडे साथियों नूं दिता है मैं दिल की गहराइयां तो धन्नवादी हाँ फुल चुक की माफी। वाहेगुरु जी का खालसा वाहेगुरु गुरु वाहे 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 गुरु
वाहेगुरु वाहे गुरु 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 सुअमृत गौरते पाया सुअमृत गौरते पाया सुअमृत गौरते पाया सुअमृत गौरते पाया
जाका सतगुरु पूरा बचन करते ने जिन्हां नूं भोर कड़क दे विच हरी दे नाम दा रंग चढ़ गया है। जग जग कलयुग दा है पर तारण दी ड्योढ़ी गुरु नानक पातशाह जी दी है ते गुरु जी ने इत्थे हुण नाल सूरे दा भी बचन करिया भाव सूरमा पल पल विचार है नाम दे रंग जेड़ा सूरा हुंदा सूरमा हुंदा उह रंग दे विच युद्ध करन वाला जंग करन वाला धर्म दी खातर गुरु जी बचन कर रहे ने जा को हर रंग लागो इस युग में युग दे विच ਘੋਰ ਕਲਯੁਗ ਦੇ ਵਿੱਚ ਨਾਮ ਦਾ ਰੰਗ ਚਾੜਨਾ ਬਹੁਤ ਔਖਾ ਹੈ ਭਾਵ ਨਾਮ ਜਪਣਾ ਨਾਮ ਦੇ ਰੰਗ ਵਿੱਚ ਰੰਗੇ ਰਹਿਣਾ ਤਾਂ ਯੁੱਗ ਕਲਯੁਗ ਦਾ ਕਲਯੁਗ ਬਹਾਨਾ ਕੋਈ ਨਾ ਕੋਈ ਬਣਾ ਦਿੰਦਾ ਦੇਖੋ ਨਾਮ ਜਪਣਾ ਬਹੁਤ ਔਖਾ ਤਾਂ ਹੀ ਸਤਿਗੁਰਾਂ ਨੇ ਬਚਨ ਕਰਿਆ ਕਿ ਜਿਸ ਨੂੰ ਨਾਮ ਦਾ ਰੰਗ ਚੜ ਗਿਆ ਨਾ ਉਹ ਸੂਰਾ ਹੈ ਉਹ ਸੂਰਮਾ ਹੈ। ਹੁਣ ਘਰਾਂ ਵਿੱਚੋਂ ਸਮਾਂ ਟਾਈਮ ਕੱਢ ਕੇ ਆਣ ਕੇ ਬੈਠੇ ਹਾਂ ਨਹੀਂ ਕੋਈ ਨਾ ਕੋਈ ਕੰਮ ਹੁੰਦਾ ਵਿਘਨ ਪੈਂਦਾ ਫਲਾਨਾ ਥਾਂ ਕੰਮ ਵੀ ਸੀ ਉੱਥੇ ਵੀ ਜਾਣਾ ਉੱਧਰ ਵੀ ਜਾਣਾ ਪਰ ਸਭ ਚੀਜ਼ਾਂ ਪਿੱਛੇ ਛੱਡ ਕੇ ਆਣ ਕੇ ਫਿਰ ਵੀ ਮਨ ਦੇ ਵਿੱਚ ਉਤਸ਼ਾਹ ਰੱਖਿਆ ਮਨ ਦੇ ਵਿੱਚ ਪ੍ਰੇਮ ਰੱਖਿਆ ਨਹੀਂ ਮੈਂ ਤਾਂ ਸਤਸੰਗ ਦੀਵਾਨ 'ਚ ਜਾਣਾ ਹੀ ਜਾਣਾ ਹੈ ਜਾਣਾ ਹੀ ਜਾਣਾ ਹੈ। ਦੇਖੋ ਜਿਨ੍ਹਾਂ ਨੂੰ ਰੇਲ ਹੈ ਨਾਮ ਦਾ ਰੰਗ ਚੜਿਆ ਵਾ ਹੈ ਦੇਖੋ ਗੁਰੂ ਜੀ ਉਸਨੂੰ ਸੂਰੇ ਦਾ ਬਚਨ ਕਰਦੇ ਨੇ। ਦੇਖੋ ਸੂਰਾ ਭਾਵ ਸੂਰਮਾ ਸੂਰਮੇ ਦੀ ਸਤਿਗੁਰਾਂ ਨੇ ਨਿਸ਼ਾਨੀ ਵੀ ਦੱਸੀ ਹੈ ਸੂਰਾ ਸੋ ਪਹਿਚਾਨੀਐ ਜੋ ਲਹਿ ਦੀਨ ਕੇ ਸਤਿਗੁਰੂ ਬਚਨ ਕਰਦੇ ਦੀਨ ਕਹਿੰਦੇ ਨੇ ਧਰਮ ਨੂੰ ਜਿਹੜਾ ਆਪਣੇ ਧਰਮ ਤੇ ਪੱਕਾ ਰਹਿੰਦਾ ਹੈ ਧਰਮ ਨਹੀਂ ਛੱਡਦਾ ਧਰਮ ਤੋਂ ਪਾਸੇ ਨਹੀਂ ਹੁੰਦਾ ਕਿਤੇ ਹੋਰ ਜਾ ਕੇ ਮੱਥਾ ਨਹੀਂ ਟੇਕਦਾ ਸਿਰਫ ਇੱਕ ਆਪਣੇ ਗੁਰੂ ਦੇ ਲੜ ਲੱਗਿਆ ਰਹਿੰਦਾ ਹੈ ਗੁਰੂ ਤੇ ਭਰੋਸਾ ਰਹਿੰਦਾ ਹੈ ਗੁਰੂ ਦਾ ਹੀ ਬਣ ਕੇ ਰਹਿੰਦਾ ਹੈ। ਦੇਖੋ ਸੂਰਮਾ ਸੂਰਾ ਸੋ ਪਹਿਚਾਨੀਐ ਜੋ ਲਹਿ ਦੀਨ ਕੇ ਗੀਤ ਪੁਰਜਾ ਪੁਰਜਾ ਤੱਕ ਮਰੇ। ਦੇਖੋ ਹੁਣ ਕੋਈ ਵੀ ਵਿਘਨ ਕੋਈ ਵੀ ਰੁਕਾਵਟ ਕੋਈ ਦੁੱਖ ਕੋਈ ਤਕਲੀਫ ਕੁਝ ਮਰਜ਼ੀ ਹੋ ਜਾਵੇ ਪਰ ਉਹ ਆਪਣਾ ਧਰਮ ਨਹੀਂ ਛੱਡਦਾ। ਦੇਖੋ ਚਾਹੇ ਉਹ
छोटे छोटे शरीर के पीस टुकड़े भी हो जान पर वो फिर भी अपना धर्म नहीं छड़दा पुरजा पुरजा कट मरे कबू न छड़े खेत। हुण वेखो इतिहास दे विच तां बहुत ऐसे वचन ने, देखो बाबा बंदा सिंह बहादुर कैसा सूरमा होया हो देखो। बाबा बंदा सिंह बहादुर सतगुरां कोल अमृत की पौल लई धन श्री गुरु कलगीधर पातशाह ने उस नूं अमृत की दात देते तोड़िया ते बार दिते जो बार दिते वो सब पूरे होए। देखो जितना ही गया सब थाई जितया उसने देखो जिधर नूं भी तुरिया सब थाई जित हासिल करता गया। बाबा बंदा सिंह बहादुर देखो सब थाई पर विचार है कि धर्म नूं छड्डना धर्म नूं नहीं छड्डना धर्म ते किस तरह पक्का रहना है। देखो अखीर जदों ऐसा समा आया ना पकड़िया गया बाबा बंदा सिंह बहादुर पकड़ ले जो पकड़ लिया उदो तसीहे देंदे ने फिर उस नूं तसीहे की देंदे ने उसके शरीर चो जमूरा दे नाल बर्तियां भरिया जांदियां ने मास खिंचदे ने उसका जमूरा दे नाल मास खिंचदे ने देखो बर्तियां भरिया जांदियां पर बाबा बंदा सिंह बहादुर बैठे ने की कह रहे ने कोई दर्द नहीं कोई तकलीफ नहीं जमूर मास खिंचो तो पहला बहुत कहा भी तू छड़ते धर्म भी तेरा गुरु कोई रखवाला नहीं बन सकता पर बाबा बंदा सिंह बहादुर कहन लगे कि तुसी कुछ मर्जी कर लो पर मेरे को सिर्फ एक आवाज है केड़ी है धन श्री गुरु कलगीधर पातशाह धन गुरु कलगीधर पातशाह। वो कहन लगे कोई ना फिर असीं हुण वेख लैंदे हां तैनूं जमूरा नाल फिर मास खिंचिया उसका देखो लहू लहान होए छोटे छोटियां बर्तियां निकल गईयां देखो मास दियां कोई दर्द नहीं होया उन्हां नूं कोई तकलीफ नहीं होई उन्हां नूं ते जनाद बड़े हैरान वो कहन लगे हुण फिर भी उच्ची देने बाबा बंदा सिंह बहादुर ने यही कहा कि धन श्री गुरु कलगीधर पातशाह धन श्री गुरु कलगीधर पातशाह फिर भी उच्ची आवाज दे विच गया बड़े हैरान कहन लगे भी जे किसी दे सट लग जावे शरीर ते कोई चुंडी होई वंड देवे कोई कुछ मार देवे तां किन्ना दर्द ते किन्नी तकलीफ हुंदी इहदे तां खून निकल रहा ये कैसा जीव है। कहन लगे असीं हुण तैनूं फिर वेख लैंदे हां देख लेंदे हाँ उसने पुत्र नू लिया छोटा जिहा है उसने छुरा मारिया छाती दे विच उसनू भी उत्थे ही शहीद कर दिता कालजा कढ़िया जलाना ने उसने बंदा सिंह बहादुर के मूँह के विच पाउण लगे वेखे उसने पुत्र दे उहदियां अखां दे मूहरे शहीद करके जीव डोल जांदा बदल जांदा सब कुछ पर जिहड़ा सूरा सूरमा धर्म नहीं छड्डदा परजा परजा कट मरे देखो पुत्र भी शहीद हो गया कालजा कढ़िया बंदा बाबा मूंह दे विच पा रहे ने उसदे देखो जलाद कहिंदे हुण फिर भी उसने उच्ची आवाज दे विच कहा पूरा गड़क के कहा पूरा कोई डोलिया नहीं सी उच्ची आवाज दे विच ही कहा धन श्री गुरु कलगीधर पातशाह कहन लगा गुरु मेरे अंग संग ही है। ओह कहन लगे भी अंग संग जे हुंदा गुरु तेनू बचा ना लैंदा तेनू इन्ने तसीहे दिने आ तू तां गुरु दे हुक्म दे नाल आया
तू तो गुरु ने सारे काम किए पर देखो वडोंगी बेचारा तू तो गुरु ने आंखें लग लग के सारे सारा कुछ जितया पर तेरा अखीरला समा तेरा रिजल्ट देख के नाम कहते माड़ा। वो कहने लगा नहीं कोई माड़ा नहीं है माड़ा नहीं है ये मेनू सजा है ये सजा मेनू मैनू इसी मैंने इसी सजा। वो कहने लगे सजा तेन कह मैंने इसी तू तो अमृत छकिया से तू तो गुरु को अमृत छक के आया सी तेनू क्यों सजा मैंने सी। हम देखो आप भी अपने मन में फौरने आते रहते नहीं यार मैं इन्ना साल हो गई अमृत छके इन्ने भारी गुरुद्वारे भी जा आया मैं बथेरी सेवा करी बई मेरी सारी जिंदगी सारी उम्र लंघ चली मैनू कुछ भी नहीं मिलिया। देखो चलो बाबा बंदा सिंह बहादुर की कहते कहते मैं गुरु के हुक्म दे नाल आया गुरु तो अमृत छकिया अमृत छकिया मैं इतनी भी बैठा था भी मेरे गुरु अंग संग है तुसी मास खिच दिता मेरा पुत्र भी शहीद कर दिता तामी मैं खुश बैठा हाँ मैं अपना धर्म नहीं बदल सकता। वो कहने लगे फिर तेन हम तसीहे दिने तेन गुरु ने क्यों नहीं बचाया। वो कहने लगा भी मैनू सजा ये मिलने हुई सी। वो कहने लगे भी तेन क्यों सजा मिलनी सी तू तो अमृत छकिया अमृत छके वाले क्यों। वो कह लग्या भी ठीक है अमृत तो छकिया छकिया पर मेरे को दो गुनाह होए भी सन दो बचन सतगुरां दे मैं मन्ने ना। देखो हुण अमृत छकिया गुरु करमी धर पातशाह को बार बचन लेके भी आया ते तामी डोल गया। वो देखो हुण आपां तां बहुत दूर हाँ देखो आपां कित्थे बैठे हाँ कहन लगे मैं दो बचन नहीं मन्ने सतगुरां दे ओ मैनू सजा मिल रही। ओ कहन लगे केड़े दो बचन। ओ कहन लगा भी एक तो गुरु जी ने बचन कहिया सी कि आप गुरु बन के नहीं बैठना गुरु नहीं बनना। कहन लगा मैं ओ बचन पूरा मन्या ना मैं आप गुरु बन बैठा। दूसरा बचन सी कि ब्याह नहीं करवाना मैं ब्याह भी करा लिया। ये दोनों बचन जिहड़े मैं सतगुरां दे नहीं मन्ने ना वो मैनू ये सजा मिलती है। बंदा बाबा बंदा सिंह बहादुर कहंदे तुहाडी कोई जरूरत नहीं सी तुसी मैनू पकड़ लेंदे तुसी तां मेरे अगे पिछे भजदे सीगे जिथे भी जांदा सी तुहाडी तां हुण भी कोई जरूरत नहीं सी पर मैं चाहुंदा सी कि जिउंदिआं जी मैं ये सजा भुगत लवां ज्योंदिया जी मैं ये सजा भुगत लवां। मैनू पता सी भी सजा मैनू मिलनी है मर के सजा कहदी क्यों ना मैं ज्योंदिया जी भुगत लवां सजा भुगत लवां। बड़े हैरान होए हो देखो बड़े हैरान कैसा कैसा सूरमा ते असी सानू कोई दुख हो जे कोई ऐसी बीमारी पै जावे असी उदी गुरु नू छड्ड जांदे असी भज जांदे धर्म बदल दिंदे आ पर इतने बचन करते हैं कि पुरजा कट मरे कबू ना छड़े खेत छड़ना नहीं चाहिए कदे वास्ते भी गुरु क्योंकि गुरु अपना समर्थ है गुरु अपना पूरा है। आत्म जिने सगल बस ताके जाका सतगुर पूरा आपा पूरे गुरु के दरबार में बैठे हैं आपा इत्थे पूरे गुरु के दरबार में सजे बैठे हाँ विचारां चल रही ने अमृत दियां कल इत्थे अमृत छकाया जाना है हुण टाइम समा है लाहा लईए आपा इस शरीर के नाल। वेखो जदों भी जीव अमृत छकदा गुरु का बन जाता है ना ते गुरु आपा किते भी मर्जी हो जाइए तो जिथे भी आप गुरु नूं याद करते हैं गुरु उते ही कृपा करता। देखो जिसका तन मन धन सब तिसका सोई सुगड़ सो जानी सतगुरु जी बचन करते हैं जिहड़ा अपना तन मन धन सब गुरु नूं सौंप दिंदा गुरु का जिहड़ा बन जाता फिर गुरु की करता सुगड़ सो जानी सतगुरु बचन करते हैं कि वो सिख मैनू सोहना लगता
ਉਹ ਸਿੱਖ ਮੇਰੇ ਲਈ ਸਿਆਣਾ ਸਿੱਖ ਹੈ ਜਿਹਨੂੰ ਇਹ ਗਿਆਨ ਆ ਜਾਂਦਾ ਕਿ ਗੁਰੂ ਨੇ ਮੈਨੂੰ ਸਰੀਰ ਦਿੱਤਾ, ਮੈਨੂੰ ਅੱਖਾਂ ਦਿੱਤੀਆਂ, ਮੈਂ ਇਸ ਨਾਲ ਵੇਖ ਰਿਹਾ, ਕੰਨ ਲਾ ਦਿੱਤੇ, ਸੁਣ ਰਿਹਾ। ਹੁਣ ਅੱਖਾਂ ਤਾਂ ਹੈ ਪਰ ਰੋਸ਼ਨੀ ਨਹੀਂ ਹੈ, ਕਿੰਨਾ ਔਖਾ ਉਸ ਲਈ ਵੇਖੋ, ਕਿੰਨੀ ਅਖਿਆਈ ਹੈ। ਕੰਨ ਲੱਗੇ ਨੇ, ਸੁਣਦਾ ਨੀ, ਕਿੰਨਾ ਔਖਾ ਹੈ। ਜੀਵ ਦੇ ਦਿੱਤੀ ਪਰ ਬੋਲਿਆ ਨੀ ਜਾਂਦਾ, ਵੇਖੋ ਉਹ ਕਿੰਨੇ ਔਖੇ ਨੇ। ਪਰ ਆਪਾਂ ਨੇ ਇਤਨੀ ਕਿਰਪਾ ਸਤਿਗੁਰਾਂ ਨੇ ਇਹ ਸੋਹਣਾ ਸਰੀਰ ਬਖਸ਼ਿਆ, ਆਪਾਂ ਨੂੰ ਬਖਸ਼ਿਆ। ਇਸ ਕਰਕੇ ਗੁਰੂ ਜੀ ਬਚਨ ਕਰਦੇ ਨੇ ਕਿ ਜਿਹਨਾਂ ਨੂੰ ਇਹ ਸੋਝੀ ਆ ਗਈ ਨਾ ਵੀ ਇਹ ਸਰੀਰ ਗੁਰੂ ਨੇ ਸਾਜਿਆ, ਜਿਹੜੇ ਫਿਰ ਗੁਰੂ ਦੇ ਬਣ ਜਾਂਦੇ ਨੇ, ਫਿਰ ਉਹ ਸਿੱਖ ਸਿਆਣਾ ਲੱਗਦਾ। ਗੁਰੂ ਜੀ ਬਚਨ ਕਰਦੇ ਉਹਦੀ ਫਿਰ ਮੈਂ ਅਰਦਾਸ ਸੁਣਦਾ, ਸੁਗੜ ਸੁਜਾਨੀ ਤੈਨ ਹੀ ਸੁਣਿਆ, ਦੁੱਖ ਸੁੱਖ ਮੇਰਾ। ਅਸੀਂ ਕਹਿੰਦੇ ਗੁਰੂ ਸਾਡੀ ਅਰਦਾਸ ਨਹੀਂ ਸੁਣਦਾ। ਹੁਣ ਸੁਣੇ ਕਿਵੇਂ, ਜਦੋਂ ਅਸੀਂ ਗੁਰੂ ਨੂੰ ਗੁਰੂ ਦੇ ਬਣੇ ਨਹੀਂ, ਆਪਾਂ ਜਦੋਂ ਗੁਰੂ ਨੂੰ ਮਨ ਬੀਜਿਆ ਹੀ ਨਹੀਂ ਆਪਾਂ ਜਦੋਂ, ਜਿੰਨਾ ਚਿਰ ਆਪਾਂ ਬਣਦੇ ਨਹੀਂ ਗੁਰੂ ਦੇ, ਤੇ ਫਿਰ ਗੁਰੂ ਕੋਲ ਅਰਦਾਸ ਨਹੀਂ ਜਾਂਦੀ। ਉਹਨਾਂ ਚਿਰ ਗੁਰੂ ਸੁਣਦਾ ਦੁੱਖ ਸੁੱਖ ਮੇਰਾ, ਗੁਰੂ ਦੁੱਖ ਸੁਣਦਾ ਹੈ ਤੇ ਗੁਰੂ ਫਿਰ ਸੁੱਖ ਵੀ ਦਿੰਦਾ। ਕਿਤੇ ਵੀ ਮਰਜ਼ੀ ਹੋ ਜੇ ਵੇਖੋ, ਮੱਖਣ ਸ਼ਾਹ ਲਵਾਣਾ ਸਿੱਖ ਵੇਖੋ। ਤੇ ਜਦੋਂ ਅੱਠਵੇਂ ਪਾਤਸ਼ਾਹ ਦੇ ਇੱਥੇ ਚਰਨਾਂ ਦੇ ਵਿੱਚ ਆਇਆ ਸੀ ਨਾ, ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ, ਗੁਰੂ ਗੁਰੂ ਦੀ ਵਿਚਾਰ ਹੈ, ਗੁਰੂ ਧਾਰਨ ਦੀ ਵਿਚਾਰ। ਜਿਹੜੇ ਗੁਰੂ ਦੇ ਲੜ ਲੱਗਦੇ ਨੇ, ਗੁਰੂ ਕਿਵੇਂ ਕਿਰਪਾ ਕਰਦਾ ਆਪਣੇ ਪਿਆਰੇ ਦੀ ਵੇਖੋ। ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਆਣ ਕੇ ਬੇਨਤੀ ਕਰੀ, ਸਤਿਗੁਰੂ ਕਿਰਪਾ ਕਰੋ, ਬਹੁਤ ਦੂਰ ਜਾ ਰਿਹਾ ਹਾਂ ਵਪਾਰ ਕਰਨ ਵਾਸਤੇ, ਬਾਹਰ ਵਿਦੇਸ਼ ਵਿੱਚ ਮੈਂ ਜਾ ਰਿਹਾ, ਮੇਰੇ ਤੇ ਕਿਰਪਾ ਕਰੋ। ਅੱਠਵੇਂ ਪਾਤਸ਼ਾਹ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ, ਗੁਰੂ ਜੀ ਬਚਨ ਕਰਨ ਲੱਗੇ। ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕਰਿਆ ਵੀ ਕੋਈ ਗੁਰੂ ਧਾਰਿਆ, ਕੋਈ ਕਿਸੇ ਗੁਰੂ ਦੇ ਲੜ ਤੋਂ ਲੱਗਿਆ। ਉਹ ਕਹਿਣ ਲੱਗਿਆ, ਹਾਂ ਸਤਿਗੁਰ ਸੱਚੇ ਪਾਤਸ਼ਾਹ, ਸੱਤਵੇਂ ਪਾਤਸ਼ਾਹ ਦੇ ਚਰਨ ਪਹੁੰਚ ਲਈ ਵੀ ਹੈ, ਅਸੀਂ ਇਸ ਦਰ ਘਰ ਦੇ ਹੀ ਸੇਵਕ ਹਾਂ, ਸੇਵਕ ਹਾਂ ਇਸ ਦਰ ਘਰ ਦੇ। ਸਤਿਗੁਰ ਕਿਰਪਾ ਕਰੋ, ਬਹੁਤ ਦੂਰ ਜਾਣਾ ਹੈ, ਅੰਗ ਸੰਗ ਨਾਲ ਰਹੋ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਅੱਠਵੇਂ ਪਾਤਸ਼ਾਹ। ਸਤਿਗੁਰੂ ਬਚਨ ਕਰਨ ਲੱਗੇ, ਸਿੱਖਾ ਠੀਕ ਹੈ, ਜਿੱਥੇ ਜਾਣਾ ਹੈ ਤੂੰ ਜਾਈ, ਪਰ ਸਾਡਾ ਇੱਕ ਬਚਨ ਯਾਦ ਰੱਖੀ, ਬਚਨ ਯਾਦ ਰੱਖੀ। ਗੁਰੂ ਦਾ ਧਾਰਿਆ ਚਰਨ ਪੁੱਲ ਹੈ, ਪਰ ਤੂੰ ਸਿਮਰਨ ਨਾ ਛੱਡੀ, ਤੂੰ ਨਾਮ ਜਪਦਾ ਰਹੀ, ਕਿਤੇ ਵੀ ਚਲਿਆ ਜਾਈ ਪਰ ਨਾਮ ਜਪੀ। ਨਾਮ ਸਿਮਰਨ ਗੁਰੂ ਦਾ ਹੈ, ਜਦੋਂ ਨਾਮ ਜਪੇਗਾ ਅਸੀਂ ਤੇਰੇ ਅੰਗ ਸੰਗ ਹੀ ਹੋਵਾਂਗੇ। ਦੇਖੋ ਸਤਿਗੁਰਾਂ ਨੇ ਬਚਨ ਕਰਿਆ, ਜਹ ਜਹ ਵੇਖੋ ਤਹ ਹਜ਼ੂਰ, ਦੂਰ ਕਤੋਂ ਨਾ ਜਾਇ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਅਸੀਂ ਧਿਆਉਂਦੇ ਨਹੀਂ ਮਨ ਦੇ ਵਿੱਚ, ਜੇ ਧਿਆਉਂਦੇ ਨਹੀਂ ਹਾਂ ਨਾ ਤਾਂ ਵੀ ਅਸੀਂ ਦਿਖਾਵਾ ਕਰਦੇ ਰਹਿੰਦੇ ਹਾਂ ਅਸੀਂ, ਪਰ ਮਨ ਦੇ ਨਾਲ ਹੀ ਅਸੀਂ ਧਿਆਉਂਦੇ। ਪਰ ਜਿੰਨੀ ਵੀ ਬਾਣੀ ਜਿੰਨੇ ਬਚਨ ਨੇ ਸਭ ਗੁਰੂ ਜੀ ਨੇ ਮਨ ਦੇ ਨਾਲ, ਵੀ ਮਨ ਵੇਚੇਗਾ ਗੁਰੂ ਦੇ ਲੜ ਲੱਗੇਗਾ ਤੇ ਗੁਰੂ ਫਿਰ ਬੈਜ ਸਵਾਰਦਾ ਹੈ। ਕਿਤੇ ਵੀ ਹੋਵੇ ਵੇਖੋ ਤੁਰਿਆ ਫਿਰਦਾ। ਸੱਤ ਬਚਨ ਕਿਹਾ ਮੱਖਣ ਸ਼ਾਹ ਨੇ, ਸੱਤ ਬਚਨ ਕਿਹਾ, ਬਚਨ ਪੱਲੇ ਵਿੱਚ ਬੰਨਿਆ ਮੱਖਣ ਨੇ। ਵੇਖੋ ਮੱਖਣ ਸ਼ਾਹ ਫਿਰ ਉੱਥੋਂ ਜਦੋਂ ਤੁਰਿਆ, ਆਗਿਆ ਲੈ ਕੇ ਜਾ ਰਿਹਾ, ਫਿਰ ਬੇਨਤੀ ਕਰੀ, ਸਤਿਗੁਰੂ ਮੇਰੇ ਨਾਲ ਸਾਥੀ ਵੀ ਬਹੁਤ ਨੇ, 500 ਹੋਰ ਨਾਲ ਸਾਥੀ ਬੇੜਾ, ਕਿਰਪਾ ਕਰਿਓ। ਸਤਿਗੁਰੂ ਬਚਨ ਕਰਨ ਲੱਗੇ ਵੀ ਨਹੀਂ ਕੋਈ ਨਾ, ਅਸੀਂ ਅੰਗ ਸੰਗ, ਪਰ ਤੂੰ ਸਿਮਰਨ ਨਾ ਛੱਡੀ। ਦੇਖੋ ਸਮਾਂ ਹੋਇਆ, ਜਦੋਂ ਫਿਰ ਜਾ ਰਹੇ ਸਨ, ਬੇੜਾ ਸੀ ਗੁਜਰਾਤ ਇੱਧਰ ਦੀ ਲੰਘਦੇ ਹੋਏ ਸਮੁੰਦਰ,
बाहर व्यापार करने वास्ते गए, 6-7 महीने लग गए। तो जिन्हों फिर उधरों वापस मुड़िया ना मक्खन शाह वापस मुड़िया, तो मुड़द फिर एक परचा पा दिता सतगुरां ने वेखो गुरु परचे पाउंदा है अपने सिख के सेवक के परचे पैंदे ने गुरु वेखदा पक्का कि कच्चा ਤੇ ਮਾਇਆ ਵਿੱਚ ਫਸਿਆ ਹੈ ਕਿ ਨਹੀਂ ਮਾਇਆ ਚ ਨਿਕਲਿਆ ਗੁਰੂ ਨੇ ਵੇਖਿਆ ਪਰਖ ਕੀਤੀ ਵੇਖੋ ਜਦੋਂ ਮੱਖਣ ਸ਼ਾਹ ਆ ਰਿਹਾ ਸੀ ਨਾ ਵਾਪਸ ਸਮੁੰਦਰ ਦੇ ਵਿਚਕਾਰ ਪਹੁੰਚਿਆ ਬੇੜਾ ਉਸ ਟਾਈਮ ਬਹੁਤ ਭਿਆਨਕ ਤੂਫਾਨ ਉੱਠਿਆ ਬਹੁਤ ਛੱਲਾਂ ਵੱਜੀਆਂ ਪਾਣੀ ਭਰਨ ਲੱਗਿਆ ਬੇੜਾ ਡੋਲਿਆ ਹਾਹਾਕਾਰ ਮੱਚੀ ਕੋਈ ਕਿਸ ਪਾਸੇ ਨੂੰ ਭਾਈਦਾ ਕੋਈ ਕਿੱਧਰ ਨੂੰ ਦੌੜਦਾ ਕੋਈ ਕਿਸੇ ਨੂੰ ਯਾਦ ਕਰੇ ਕੋਈ ਕਿਹੜੀ ਦੇਵੀ ਨੂੰ ਕੋਈ ਕਿਹੜੇ ਮੁਸਲਮਾਨ ਨੂੰ ਕੋਈ ਕਿਹੜੇ ਪੀਰ ਨੂੰ ਯਾਦ ਕਰੇ ਯਾਦ ਕਰੇ ਕਿਉਂਕਿ ਉਹ ਇਤਨਾ ਵੱਡਾ ਬੇੜਾ ਇਤਨੇ ਜ਼ਿਆਦਾ ਉਸ ਵਿੱਚ ਲੋਕ ਤੇ ਇਕੱਲਾ ਸਿੱਖ ਸਿੱਧਕੀ ਸਿੱਖ ਇਕੱਲਾ ਤੇ ਸਭ ਦੇ ਵੱਲ ਵੇਖ ਰਿਹਾ ਹੈ ਜਿਹੜੇ ਨਾਲ ਦੇ ਸਾਥੀ ਸੀ ਨਾ ਮੱਖਣ ਸ਼ਾਹ ਦੇ ਉਹ ਕਹਿਣ ਲੱਗੇ ਉਹ ਸ਼ਾਹ ਆਪਣੇ ਗੁਰੂ ਦੀਆਂ ਸਾਨੂੰ ਬੜੀਆਂ ਗੱਲਾਂ ਤੂੰ ਸੁਣਾਉਂਦਾ ਰਹਿਣਾ ਵੀ ਗੁਰੂ ਕਿਰਪਾ ਕਰਦਾ ਗੁਰੂ ਮੇਰਾ ਗੁਰੂ ਅੰਦਰ ਜਾਂਦੀ ਹੈ ਮੇਰਾ ਗੁਰੂ ਤਾਰਨ ਵਾਲਾ ਬਥੇਰੀਆਂ ਗੱਲਾਂ ਤੂੰ ਸਾਨੂੰ ਸੁਣਾਉਂਦਾ ਆ ਕਿੱਡੀ ਵੱਡੀ ਇੱਥੇ ਬੈਠਾ ਪਈ ਆ ਮਰੇ ਆਪਾਂ ਮਰੇ ਮੌਤ ਨਜ਼ਰ ਆਉਂਦੀ ਹੈ ਹੁਣ ਡੁੱਬੇ ਆਪਾਂ ਬਸ ਤੂੰ ਆਪਣੇ ਗੁਰੂ ਨੂੰ ਯਾਦ ਕਰ ਤੂੰ ਵੀ ਅਰਦਾਸ ਕਰ ਮੱਖਣ ਸ਼ਾਹ ਨੂੰ ਕਿਹਾ ਨਾਲ ਦੇ ਸਾਥੀਆਂ ਨੇ ਮੀਨਾ ਮਾਰਿਆ ਤੂੰ ਹੀ ਯਾਦ ਕਰਦਾ ਇਹ ਸਵਾਰੀ ਸਰ ਵਿਚਾਰੇ ਸਮੁੰਦਰ ਦੇ ਉੱਥੇ ਨਹੀਂ ਜਾ ਸਕੇ ਦੇਖੋ ਉੱਥੇ ਸਿਰਫ ਇੱਕ ਆਪਣਾ ਹੀ ਗੁਰੂ ਜਾ ਸਕਦਾ ਉਹ ਵੀ ਆਪਣੇ ਪਿਆਰੇ ਦੀ ਖਾਤਰ ਜਿਨ੍ਹਾਂ ਨੇ ਗੁਰੂ ਧਾਰਿਆ ਗੁਰੂ ਆਪਣੇ ਪਿਆਰੇ ਦੀ ਪੈਜ ਸਵਾਰਦਾ ਪੈਜ ਰੱਖਦਾ ਹੈ ਗੁਰੂ ਕਿਤੇ ਅੰਮ੍ਰਿਤ ਛਕਿਆ ਜਾਵੇ ਗੁਰੂ ਦੇ ਲੜ ਲੱਗ ਜਾਈਏ ਤਾਂ ਕਿਤੇ ਵੀ ਬੈਠੇ ਹੋਈਏ ਯਾਦ ਕਰੀਏ ਗੁਰੂ ਉੱਥੇ ਪਹੁੰਚ ਜਾਂਦਾ ਹੈ ਵੇਖੋ ਗੁਰੂ ਪੈਜ ਸਵਾਰਦਾ ਹੈ ਹੁਣ ਵੇਖੋ ਇੱਕ ਹੋਰ ਵਿਚਾਰ ਮੱਖਣ ਸ਼ਾਹ ਅਰਦਾਸਾਂ ਬੇਦੀਆਂ 8ਵੇਂ ਪਾਤਸ਼ਾਹ ਦੇ ਚਰਨਾਂ 'ਚ ਕਰਦਾ ਸੀ 8ਵੇਂ ਪਾਤਸ਼ਾਹ ਦੇ ਚਰਨਾਂ 'ਚ ਕੀਤੀਆਂ ਸੀ ਬੇਨਤੀਆਂ ਉਸਨੇ 9ਵੇਂ ਪਾਤਸ਼ਾਹ ਦਾ ਨਹੀਂ ਸੀ ਉਸਨੂੰ ਕੋਈ ਪਤਾ ਦੇਖੋ 9ਵੇਂ ਪਾਤਸ਼ਾਹ ਦਾ ਕੋਈ ਪਤਾ ਨਹੀਂ ਸੀ ਅਰਦਾਸਾਂ ਬੇਦੀਆਂ 8ਵੇਂ ਪਾਤਸ਼ਾਹ ਦੇ ਚਰਨਾਂ 'ਚ ਕੀਤੀਆਂ ਪਰ ਪੈਜ ਸਵਾਰੀ 9ਵੇਂ ਪਾਤਸ਼ਾਹ ਨੇ ਜਾ ਕੇ ਬੇੜੇ ਨੂੰ ਮੋਢਾ ਲਾਇਆ ਵੇਖੋ ਆਪਣੇ ਸਿੱਖ ਦੀ ਪੈਜ ਸਵਾਰੀ 9ਵੇਂ ਪਾਤਸ਼ਾਹ ਨੇ ਹਜੇ 9ਵੇਂ ਪਾਤਸ਼ਾਹ ਉਸ ਟਾਈਮ ਪ੍ਰਗਟ ਨਹੀਂ ਸਨ 9ਵੇਂ ਪਾਤਸ਼ਾਹ ਪ੍ਰਗਟ ਨਹੀਂ ਸੀ ਵੇਖੋ ਸਤਿਗੁਰੂ ਦੇ ਪੈਜ 9ਵੇਂ ਪਾਤਸ਼ਾਹ ਨੇ ਜਾ ਕੇ ਸਵਾਰੀ ਆਪਣੇ ਸਿੱਖ ਦੀ ਜਾਣੀ ਭਾਵ ਗੁਰੂ ਵਰਤਦਾ ਹੈ ਗੁਰੂ ਸਭ ਜਗ੍ਹਾ ਵਰਤਦਾ ਹੈ ਸਭ ਥਾਈ ਗੁਰੂ ਵਰਤਦਾ ਇਸ ਕਰਕੇ ਅੰਮ੍ਰਿਤ ਛਕ ਲੈਣਾ ਚਾਹੀਦਾ ਹੁਣ ਟਾਈਮ ਸਮਾਂ ਹੈ ਇਸ ਸਰੀਰ ਦੇ ਨਾਲ ਲਾਹਾ ਹੈ ਇਸ ਸਰੀਰ ਦੇ ਨਾਲ ਹੀ ਅੰਮ੍ਰਿਤ ਛਕਿਆ ਜਾਊ ਨਹੀਂ ਕੋਈ ਜਾਨਵਰ ਕੋਈ ਪਸ਼ੂ ਕੋਈ ਪੰਛੀ ਕੋਈ ਨਹੀਂ ਅੰਮ੍ਰਿਤ ਛਕ ਸਕਦਾ ਦੇਖੋ ਇਹ ਬਣਿਆ ਹੀ ਆਪਣੀ ਖਾਤਰ ਅੰਮ੍ਰਿਤ ਹੈ ਆਪਣੀ ਖਾਤਰ ਹੀ ਅੰਮ੍ਰਿਤ ਬਣਿਆ ਗੁਰੂ ਨੇ ਆਪਾਂ ਨੂੰ ਸੁੱਖ ਦੇਣ ਦੀ ਖਾਤਰ ਹੀ ਅੰਮ੍ਰਿਤ ਬਣਾਇਆ ਕੋਈ ਸਾਡੀ ਸਰਕਾਰ ਦਾ ਨਹੀਂ ਇਹ ਅੰਮ੍ਰਿਤ ਕਿਸੇ ਦਾ ਆਪ ਦਾ ਨਹੀਂ ਇਹ ਅੰਮ੍ਰਿਤ ਇਹ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੇ ਨਾਲ ਬਾਣੀ ਅੰਮ੍ਰਿਤ ਤਿਆਰ ਕੀਤਾ ਸਤਿਗੁਰਾਂ ਨੇ ਬਾਣੀ ਦੇ ਨਾਲ ਅੰਮ੍ਰਿਤ ਤਿਆਰ ਕੀਤਾ ਸਤਿਗੁਰਾਂ ਨੇ ਵੇਖੋ ਗੁਰੂ ਮਹਾਰਾਜ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਤਿਗੁਰਾਂ ਨੇ ਆਪਾਂ ਨੂੰ ਆਹ ਸੁੱਖ ਦਿੱਤਾ ਵੇਖੋ ਸੁੱਖ ਦਿੱਤਾ ਸਾਰਾ ਪਰਿਵਾਰ ਵਾਰ ਕੇ ਇਤਿਹਾਸ ਦਾ ਹੁਣ ਸਭ ਨੂੰ ਪਤਾ ਪਰ ਵਿਚਾਰਾ ਹੈ ਗੁਰੂ ਦੀਆਂ ਗੁਰੂ ਧਾਰਨਾ ਚਾਹੀਦਾ ਵੇਖੋ ਗੁਰੂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਸਤਿਗੁਰਾਂ ਨੇ ਕਿਲ੍ਹਾ ਛੱਡਿਆ ਗੁਰੂ ਜੀ ਗੜੀ ਦੇ ਵਿੱਚ ਆਏ ਉੱਥੇ ਵੀ ਸਤਿਗੁਰਾਂ ਦੇ ਸਹਿਜਾਦੇ ਸ਼ਹੀਦੀਆਂ ਪਾ ਗਏ ਉਸ ਟਾਈਮ ਦੇਖੋ ਬਹੁਤ ਠੰਡ ਹੁੰਦੀ ਆਪਾਂ ਨੂੰ ਪਤਾ
बहुत ज्यादा कहर दी ठंड होंदी सर्दी बहुत ज्यादा हाथ पैर सुन्न होंदे ने उस टाइम इन्नी ज्यादा ठंड ते धन श्री गुरु कणगीधर पातशाह जदों गढ़ी छड़िया ना सतगुरां ने ते सतगुरां दे चरणां विच भी जोड़ा नहीं सी उस टाइम दे ते जिहड़ी तलवार सी उस ते भी कोई बयान नहीं सी सतगुरु वेखो गुरु महाराज रात नूं 12:15 बजे जाके माछुआड़ा पहुंचे सतगुरु गुरु कणगीधर पातशाह क्यों पहुंचे आपां नूं सुख देण दी खातर देखो गुरु महाराज सतगुरु उत्थे ही बैठे कल्ले माछुआड़ा पहुंचे गुरु कणगीधर पातशाह कोई सिंह नहीं सी कोले देखो कोई नहीं सी कोले 12:15 तो उत्ते समा सी उत्थे पानी वगदा सी सतगुरां ने कुछ जल छकिया ते गुरु जी ने देखा भी हुण अमृत वेला हो चलिया भी नैतनेम दा समा है नैतनेम दा समा है सतगुरु उत्थे बैठे तलवार गुरु जी ने गोड्यां दे उपर रख के ते धन श्री गुरु कणगीधर पातशाह जपजी साहिब दा पाठ कीता सतगुरां ने देखो नैतनेम शुरू करन लगे देखो कैसा गुरु अपना सारा परिवार साहिबजादे अखां मूहरे शहीद हो गए जकारे छड्डे ਤਾਂ ਫਿਰ ਵੀ ਸਤਿਗੁਰ ਬੈਠੇ ਨਿਤਨੇਮ ਕਰਦੇ ਨੇ ਕੈਸਾ ਪੂਰਨ ਆਪਾਂ ਨੂੰ ਪਾਇਆ ਤੇ ਆਪਾਂ ਨੂੰ ਕਿੰਨਾ ਸੁੱਖ ਹੈ ਕਿੰਨਾ ਸੁੱਖ ਆਪਾਂ ਨੂੰ ਦਿੱਤਾ ਸਤਿਗੁਰਾਂ ਨੇ ਦੇਖੋ ਘਰ ਮਕਾਨ ਕੋਠੀ ਬਣ ਗਈ ਸਭ ਕੁਛ ਹੈ ਕੋਲੇ ਬਾਥਰੂਮ ਹੈ ਉੱਠ ਕੇ ਇਸ਼ਨਾਨ ਕਰਕੇ ਤੇ ਅਸੀਂ ਉੱਠ ਕੇ ਨਿਤਨੇਮ ਨਹੀਂ ਅਸੀਂ ਕਰ ਸਕਦੇ ਦੇਖੋ ਨਿਤਨਾ ਸੁੱਖ ਦਿੱਤਾ ਸਤਿਗੁਰਾਂ ਨੇ ਸਾਨੂੰ ਇੰਨਾ ਸੌਖ ਉੱਠ ਕੇ ਅਸੀਂ ਨਿਤਨੇਮ ਨਹੀਂ ਹਜੇ ਕਰ ਸਕਦੇ ਦੇਖੋ ਸਾਰੀ ਰਾਤ ਟੀਵੀ ਵੇਖੀ ਜਾਣਾ ਮੋਬਾਈਲ ਵੇਖੀ ਜਾਣਾ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਉੱਠਣ ਦਾ ਟਾਈਮ ਹੁੰਦਾ ਉਦੋਂ ਫਿਰ ਕਹਿੰਦੇ ਨਹੀਂ ਮੇਰਾ ਤਾਂ ਸਿਰ ਦੁਖਦਾ ਮੈਨੂੰ ਤਾਂ ਜ਼ੁਕਾਮ ਹੋਇਆ ਵਾ ਹੈ ਮੇਰੇ ਕੋਲੋਂ ਉੱਠਿਆ ਨਹੀਂ ਜਾਣਾ ਗਾ ਉੱਠਿਆ ਨਹੀਂ ਜਾਣਾ ਮੈਨੂੰ ਜ਼ੁਕਾਮ ਹੋਇਆ ਵਾ ਹੈ ਉੱਠਿਆ ਨਹੀਂ ਜਾਣਾ ਦੇਖੋ ਅਸੀਂ ਕਿੱਥੇ ਕਿਹੜੇ ਸਿੱਖ ਅਸੀਂ ਕੈਸੇ ਸਿੱਖ ਅਸੀਂ ਕਾਗਜ਼ਾਂ ਦੇ ਸਿੱਖ ਰਹਿ ਗਏ ਕਾਗਜ਼ੀ ਸਿੱਖ ਰਹਿ ਗਏ ਬਸ ਕੀ ਅੰਮ੍ਰਿਤ ਵੇਲਾ ਸੰਭਾਲਿਆ ਕਹਿੰਦੇ ਜੀ ਗੁਰੂ ਕੋਲੇ ਸਾਡੀ ਅਰਦਾਸ ਨਹੀਂ ਪਹੁੰਚਦੀ ਕਿਤੇ ਉੱਠੋ ਸਹੀ ਅੰਮ੍ਰਿਤ ਵੇਲਾ ਹੁਣ ਅੰਮ੍ਰਿਤ ਵੇਲਾ ਸਾਡਾ ਕਦੋਂ ਦਾ ਹੁੰਦਾ ਸਾਡਾ 8 ਵਜੇ ਦਾ ਅੰਮ੍ਰਿਤ ਵੇਲਾ ਬਣਾਇਆ 9 ਵਜੇ ਦਾ 8 ਵਜੇ ਤਾਂ ਹਜੇ ਹੌਲੀ ਹੌਲੀ ਹਿੱਲਣਾ ਹੀ ਸ਼ੁਰੂ ਕਰਦੇ ਹਾਂ ਅਸੀਂ ਤੇ ਜਾ ਕੇ 9 ਵਜੇ ਜਾ ਕੇ ਚਾਹ ਪੀ ਕੇ ਫੇਰ ਕਦੋਂ ਜਾ ਕੇ ਮੂੰਹ ਧੋ ਕੇ ਫੇਰ ਕਿਤੇ ਉੱਠ ਕੇ ਆਉਂਦੇ ਹਾਂ ਕਹਿੰਦੇ ਜੀ ਹੁਣ ਤਾਂ ਫਿਰ ਅੰਮ੍ਰਿਤ ਵੇਲਾ ਲੰਘ ਗਿਆ ਹੁਣ ਕਾਹਦਾ ਪਾਠ ਕਰਨਾ ਦੇਖੋ ਅਸੀਂ ਐਸੇ ਸਿੱਖ ਇੰਨਾ ਸੁੱਖ ਗੁਰੂ ਜੀ ਨੇ ਸਾਰਾ ਪਰਿਵਾਰ ਵਾਰ ਕੇ ਸਤਿਗੁਰੂ ਫੇਰ ਵੀ ਬੈਠੇ ਨੇ ਦੇਖੋ ਗੁਰੂ ਕਣਗੀਧਰ ਪਾਤਸ਼ਾਹ ਤੇ ਅਸੀਂ ਨਹੀਂ ਬੈਠ ਸਕਦੇ ਅਸੀਂ ਦੇਖੋ ਅਸੀਂ ਨਹੀਂ ਨਾਮ ਜਪ ਸਕਦੇ ਦੇਖੋ ਇੰਨਾ ਸੁੱਖ ਸਾਨੂੰ ਦਿੱਤਾ ਸਤਿਗੁਰਾਂ ਨੇ ਕੀ ਅਸੀਂ ਇੱਕ ਅੰਮ੍ਰਿਤ ਨਹੀਂ ਛਕ ਸਕਦੇ ਗੁਰੂ ਦੀ ਖਾਤਰ ਗੁਰੂ ਬੈਠਾ ਉੱਥੇ ਕੱਲਾ ਠੰਡੀ ਥਾਂ ਠਾਰੀ ਚੜ੍ਹਦੀ ਹੈ ਮੀਂਹ ਪੈਂਦਾ ਹੈ ਗੁਰੂ ਕਣਗੀਧਰ ਪਾਤਸ਼ਾਹ ਬੈਠੇ ਨੇ ਕੱਲੇ ਹੀ ਬੈਠੇ ਨੇ ਜਪਜੀ ਸਾਹਿਬ ਦਾ ਪਾਠ ਹੋਇਆ ਜਾਪ ਸਾਹਿਬ ਦਾ ਪਾਠ ਹੋਇਆ ਦੇਖੋ ਸਵਈਆਂ ਦਾ ਪਾਠ ਹੋਇਆ ਚੌਪਾਈ ਸਾਹਿਬ ਤੇ ਪਾਠ ਜਦੋਂ ਪਹੁੰਚਿਆ ਨਾ ਤੇ ਉਸ ਟਾਈਮ ਗੁਰੂ ਜੀ ਨੂੰ ਭਾਲਦੇ ਭਾਲਦੇ ਸਿੰਘ ਭਾਈ ਦਿਆਲ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ 3 ਸਿੰਘ ਉਸ ਟਾਈਮ ਭਾਲਦੇ ਭਾਲਦੇ ਸਤਿਗੁਰਾਂ ਨੇ ਜਦੋਂ ਆਣ ਕੇ ਉੱਥੇ ਫਿਰ ਤੇ ਗੁਰੂ ਜੀ ਵੇਖੋ ਅਡੋਲ ਸਮਾਧੀ ਵਿੱਚ ਬੈਠੇ ਚੌਪਾਈ ਸਾਹਿਬ ਦਾ ਪਾਠ ਸਤਿਗੁਰੂ ਜਪ ਰਹੇ ਹਮਰੀ ਕਰੋ ਹੱਥ ਦੇ ਰੱਖਿਆ ਪੂਰਨ ਹੋਈ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਬੋ ਆਪ ਹੱਥ ਦੇ ਮੋਹੇ ਬਚਾਓ ਸੁਖੀ ਵਸੈ ਮੋਰੋ ਪਰਵਾਰ ਜਦੋਂ ਪਾਠ ਇੱਥੇ ਪਹੁੰਚਿਆ ਨਾ ਉਸ ਟਾਈਮ ਭਾਈ ਦਿਆਲ ਸਿੰਘ ਨੇ ਆਣ ਕੇ ਚਰਨ ਪਕੜੇ ਸਤਿਗੁਰੂ ਤੁਸੀਂ ਬਚਨ ਕਰੀ ਜਾਂਦੇ ਸੁਖੀ ਵਸੈ ਮੋਹਰੋ ਪਰਿਵਾਰਾ ਸਤਿਗੁਰੂ ਜੀ ਪਰਿਵਾਰ ਨਾਲ ਇੰਨਾ ਹੀ ਮੋਹ ਸੀ ਤਾਂ ਕਿਸੇ ਸਹਿਬਜ਼ਾਦੇ ਨੂੰ ਰੱਖ ਲੈਂਦੇ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਰੱਖ ਲੈਂਦੇ, ਉਦੋਂ ਤਾਂ ਜਕਾਰੇ ਛੱਡ ਕੇ ਸ਼ਹੀਦ ਕਰਵਾ ਦਿੱਤੇ, ਸ਼ਹੀਦ ਕਰਵਾ ਦਿੱਤੇ। ਗੁਰੂ ਕਣਗੀਧਰ ਪਾਤਸ਼ਾਹ ਸਤਿਗੁਰੂ ਮਸਤਰਾਉਣ ਦੇ ਬਚਨ ਕਰਨ ਲੱਗੇ, ਭਾਈ ਦਿਆਲ ਸਿੰਘ ਮੇਰਾ ਪਰਿਵਾਰ ਕਿਹੜਾ ਹੈ, ਕਿਹੜਾ ਪਰਿਵਾਰ? ਸਤਿਗੁਰੂ ਜੀ ਬਚਨ ਕਰਨ ਲੱਗੇ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖਾ ਸਭੈ ਕਰਤਾਰਾ। ਗੁਰੂ ਜੀ ਨੇ ਆਪਾਂ ਨੂੰ ਆ ਬਚਨ ਕਰਿਆ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਨੇ, ਨਾਮ ਜਪਦੇ ਨੇ, ਗੁਰੂ ਜੀ ਬਚਨ ਕਰਦੇ ਨੇ, ਉਹ ਮੇਰੇ ਸਿੱਖ, ਉਹ ਸਿੱਖ ਮੇਰੇ, ਉਹਨਾਂ ਨੂੰ ਕਰਤਾਰ ਨੇ ਤਾਰ ਦਿੱਤਾ, ਉਹ ਤਰ ਗਏ। ਜਿਨ੍ਹਾਂ ਨੇ ਪਿੱਛੇ ਸ਼ਹੀਦੀਆਂ ਪਾ ਦਿੱਤੀਆਂ, ਧਰਮ ਨਹੀਂ ਛੱਡਿਆ ਡੋਲੇ ਨੇ, ਅੰਮ੍ਰਿਤ ਨਹੀਂ ਛੱਡਿਆ, ਸ਼ਹੀਦੀਆਂ ਪਾ ਦਿੱਤੀਆਂ, ਉਹਨਾਂ ਨੂੰ ਕਰਤਾਰ ਨੇ ਤਾਰ ਦਿੱਤਾ। ਵੇਖੋ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਖਾਤਰ, ਵੇਖੋ ਗੁਰੂ ਜੀ ਨੇ ਸਾਰਾ ਸਰਬੰਸ ਹੀ ਪਾਰ ਦਿੱਤਾ। ਵੇਖੋ ਇਸ ਕਰਕੇ ਹੁਣ ਟਾਈਮ ਸਮਾਂ ਹੈ, ਹੁਣ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ, ਅੰਮ੍ਰਿਤ ਜ਼ਰੂਰ ਛਕਣਾ ਚਾਹੀਦਾ ਹੈ। ਅੰਮ੍ਰਿਤ ਦੇ ਨਾਲ ਗੁਰੂ ਫਿਰ ਪੈਜ ਸਵਾਰਦਾ ਹੈ। ਵੇਖੋ ਗੁਰੂ ਅੰਗ ਸੰਗ ਰਹਿੰਦਾ ਹੈ, ਜਿੱਥੇ ਜਾਈਏ ਜਗਤ ਮੈਂ, ਤਿੱਥੇ ਹਰ ਸਾਈਂ ਅੱਗੇ ਸਭ ਆਪ ਵਰਤਦਾ ਹਰ ਸੱਚ ਨਿਆਇਆ। ਕਿਤੇ ਵੀ ਹੋਵਾਂਗੇ, ਗੁਰੂ ਨੂੰ ਯਾਦ ਕਰਾਂਗੇ ਤਾਂ ਗੁਰੂ ਕਿਵੇਂ ਨੀ ਉੱਥੇ ਪਹੁੰਚਦਾ, ਵੇਖੋ ਪਹੁੰਚਦਾ। ਗੁਰੂ ਆਪਣੇ ਪਿਆਰੇ ਦੀ ਪੈਜ ਸਵਾਰਦਾ। ਕਈਆਂ ਨੂੰ ਇਹ ਵਹਿਮ ਬਹੁਤ ਹੁੰਦਾ ਵੀ ਨਹੀਂ, ਜੇ ਅੰਮ੍ਰਿਤ ਛਕ ਲਿਆ ਤਾਂ ਇਹ ਬੰਨਣ ਜਾਂ ਹੋ ਜਾਣਾ, ਬੰਨਣਾ ਅੰਮ੍ਰਿਤ। ਕਈਆਂ ਨੂੰ ਇਹ ਬਹੁਤ ਵਹਿਮ ਹੈ ਇਹ ਚੀਜ਼ ਦਾ, ਜਿਹੜਾ ਅੰਮ੍ਰਿਤ ਹੈ ਨਾ ਵੀ ਇਹ ਬੰਨਣ ਹੈ। ਨਹੀਂ ਨਹੀਂ, ਕੋਈ ਬੰਨਣ ਨਹੀਂ ਹੈ, ਕੋਈ ਬੰਨਣ ਨਹੀਂ। ਮਨ ਵਿੱਚ ਐਵੇਂ ਵਹਿਮ ਕੱਢ ਦਿਓ। ਹੁਣ ਵੇਖੋ ਇੱਥੇ ਰਹਿੰਦੇ ਹਾਂ ਆਪਾਂ, ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਨਾ ਆਪਾਂ, ਇੱਥੋਂ ਦੇ ਜਿਹੜੇ ਸਰਕਾਰ ਦੇ ਕਾਨੂੰਨ ਨੇ ਆਪਾਂ ਉਹ ਮੰਨਦੇ ਹਾਂ, ਆਪਾਂ ਉਹਨਾਂ 'ਤੇ ਚੱਲਦੇ ਹਾਂ। ਅਤੇ ਜੇ ਤੁਸੀਂ ਇੱਥੋਂ ਕਿਤੇ ਹੋਰ ਮੁਲਕ ਵਿੱਚ ਚਲੇ ਜਾਵੋਗੇ, ਕਨੇਡਾ ਚਲੇ ਗਏ, ਬਾਹਰ ਅਮੈਰੀਕਾ ਚਲੇ ਗਏ, ਉੱਥੋਂ ਦੇ ਉੱਥੋਂ ਦੇ ਕਾਨੂੰਨ ਨੇ ਅਲੱਗ, ਆਪਾਂ ਉਹ ਕਾਨੂੰਨ ਮੰਨਦੇ ਹਾਂ ਆਪਾਂ। ਜੇ ਤੁਸੀਂ ਉੱਥੇ ਜਾ ਕੇ ਕਹੋਗੇ ਨਹੀਂ ਵੀ ਮੈਂ ਤਾਂ ਉੱਥੋਂ ਦੇ ਕਾਨੂੰਨ ਰੱਖਣੇ ਨੇ, ਮੈਂ ਤਾਂ ਜਿਹੜੇ ਉੱਥੋਂ ਦੇ ਕਾਨੂੰਨ ਵਰਤਦਾ ਹੈ ਨਾ ਮੈਂ ਤਾਂ ਉਵੇਂ ਰੱਖਾਂਗਾ, ਪਰ ਤੁਹਾਨੂੰ ਉੱਥੇ ਸਰਕਾਰ ਦੇ ਬੰਨਣ ਦੇ ਵਿੱਚ ਰਹਿਣਾ ਪੈਣਾ। ਅਤੇ ਜੇ ਨਾ ਰਹੋਗੇ ਤਾਂ ਤੁਹਾਨੂੰ ਅੰਦਰ ਕਰ ਦੇਣਗੇ, ਨਹੀਂ ਤੁਹਾਨੂੰ ਬਾਹਰ ਕੱਢ ਦੇਣਗੇ। ਫਿਰ ਬਾਹਰ ਜੇ ਤੁਸੀਂ ਇੰਗਲੈਂਡ ਜਾ ਕੇ ਕਹੋਗੇ ਵੀ ਮੈਂ ਤਾਂ ਇੱਧਰ ਗੱਡੀ ਚਲਾਉਂਦੀ ਹਾਂ, ਵੀ ਮੈਂ ਤਾਂ ਉੱਥੇ ਐਂ ਚਲਾਉਂਦਾ ਸੀ, ਉਹਨਾਂ ਨੇ ਉਸੇ ਟਾਈਮ ਤੁਹਾਨੂੰ ਫੜ ਲੈਣਾ, ਅੰਦਰ ਕਰ ਦੇਣਗੇ। ਭਾਵ ਤੁਸੀਂ ਉਹਨਾਂ ਦੇ ਕਾਨੂੰਨ ਦੇ ਵਿੱਚ ਹੈ ਨਾ, ਤੁਸੀਂ ਉਹਨਾਂ ਦੇ ਅਧੀਨ ਹੈ ਨਾ, ਤੁਸੀਂ ਉਹਨਾਂ ਦੇ ਬੰਨਣ ਦੇ ਵਿੱਚ ਆ ਨਾ ਸਰਕਾਰ ਦੇ। ਜੇ ਇੱਥੇ ਨਾ ਮੰਨੋਗੇ ਤਾਂ ਤੁਸੀਂ ਅੰਦਰ ਹੋਵੋਗੇ, ਵੇਖੋ ਮੰਨੋਗੇ। ਪਰ ਆਪਣਾ ਪਾਤਸ਼ਾਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ, ਜੇ ਤੁਸੀਂ ਅੰਮ੍ਰਿਤ ਛਕ ਲਵੋਗੇ, ਕਿਤੇ ਵੀ ਚਲੇ ਜਾਵੋਗੇ, ਕਿੱਥੇ ਵੀ ਜਿਹੜੇ ਮਰਜ਼ੀ ਮੁਲਕ ਵਿੱਚ ਪਹੁੰਚ ਜਾਵੋ, ਕਿਤੇ ਵੀ ਬੈਠ ਕੇ ਗੁਰੂ ਨੂੰ ਕਿਤੇ ਯਾਦ ਕਰੋਗੇ ਨਾ, ਇੱਕ ਮਨ ਇੱਕ ਚਿੱਤ ਯਾਦ ਕਰੋਗੇ, ਤੁਹਾਡੇ ਯਾਦ ਕਰਨ ਵਿੱਚ ਦੇਰ ਹੋਵੇਗੀ ਪਰ ਗੁਰੂ ਦੇ ਪਹੁੰਚਣ ਵਿੱਚ ਕੋਈ ਦੇਰ ਨਹੀਂ ਹੋਵੇਗੀ, ਗੁਰੂ ਦੇ ਪਹੁੰਚਣ ਵਿੱਚ ਕੋਈ ਦੇਰ ਨਹੀਂ ਹੋਵੇਗੀ। ਇਹ ਕੋਈ ਬੰਨਣ ਨਹੀਂ ਹੈ, ਇਹ ਐਵੇਂ ਵਹਿਮ ਨਾ ਕਰਿਆ ਕਰੋ, ਅੰਮ੍ਰਿਤ ਛਕ ਲੈਣਾ ਚਾਹੀਦਾ, ਇਹ ਤਾਂ ਵਹਿਮ ਉਹਨਾਂ ਨੂੰ ਹੈ। ਉਹ ਮਨ ਵਿੱਚ ਸੋਚਦੇ ਨੇ ਜਿਹੜੇ ਨਸ਼ੇ ਕਰਦੇ ਨੇ, ਸ਼ਰਾਬ ਪੀਂਦੇ ਆ, ਜਿਹੜੇ ਮਾਸ ਖਾ ਲੈਂਦੇ ਨੇ, ਆਂਡੇ ਖਾਂਦੇ ਨੇ, ਉਹ ਕਹਿੰਦੇ ਨੇ ਵੀ ਇਹ ਤਾਂ ਬੰਧਨ ਹੈ। ਨਹੀਂ ਨਹੀਂ, ਕੋਈ ਬੰਧਨ ਨਹੀਂ। ਉਹ ਮਾਸ ਕਹਿੰਦਾ ਖਾਣਾ, ਦੱਸੋ ਮਿੱਟੀ ਹੈ, ਬਹੁਤ ਵੱਡਾ ਪਾਪ ਹੈ ਜੀਵ ਹੱਤਿਆ, ਬਹੁਤ ਹੁਣ ਆਂਡਾ ਹੈ ਕੀ ਹੈ ਦੱਸੋ, ਕਾੜੀ ਕਿਹੜੀ ਤਾਕਤ ਹੈ ਉਸ ਵਿੱਚ, ਕੁਝ ਵੀ ਨਹੀਂ ਹੈ। ਦੇਖੋ ਸਭ ਤੋਂ ਮਾੜੀ ਚੀਜ਼ ਹੈ। ਦੇਖੋ ਆਉਂਦੇ ਨੇ ਕਈ ਉੱਥੇ ਬੱਧਨੀ ਬਾਬਾ ਜੀ ਦੇ ਕੋਲ ਭੋਗਦੇ, ਤੇ ਬਾਬਾ ਜੀ ਨੇ ਬਚਨ ਕਰਿਆ ਵੀ ਅੰਮ੍ਰਿਤ, ਉਹ ਕਹਿਣ ਲੱਗੇ ਜੀ ਹਜੇ ਠਹਿਰ ਕੇ ਛਕਾਂਗੇ। ਬਾਬਾ ਜੀ ਕਹਿਣ ਲੱਗੇ ਕੀ ਕੰਮ ਕਰਦੇ ਜੀ? ਉਹ ਮੁੰਡਾ ਸੀ, ਹੋਵੇਗਾ 25-30 ਕੁ ਸਾਲ ਦਾ ਹੋਵੇਗਾ। ਕਹਿਣ ਲੱਗਾ ਜੀ ਹੁਣ ਤਾਂ ਪੜ੍ਹਦਾ ਹੈ ਹੁਣ ਤਾਂ ਫਿਰ। ਤੇ ਬਾਬਾ ਜੀ ਬਚਨ ਕਰਨ ਲੱਗੇ ਹੋਰ ਕੋਈ ਕੰਮ? ਕਹਿਣ ਲੱਗਾ ਨਹੀਂ ਜੀ, ਹਜੇ ਤਾਂ ਇੱਕ ਨੌਕਰੀ ਵੀ ਕਰਦੇ ਹਾਂ, ਥੋੜੀ ਘਣੀ ਹੈ,
बाबा जी बचन कह लगे भी फिर खाते पीते कुछ खाता तो नहीं कुछ ही मास मूस या होर कह लगे नहीं बाबा जी खा पी नहीं रहा जी मैं पिछे जो बहुत ढिला हो गया सीगा बहुत मेरे सैल घट गए सीगे बहुत औखा रहिंदा सी फिर उदों जी फिर डॉक्टर ने मैनू कहा भी तू ना भी आ चीज जरूर खाया कर मांस खाया कर आंडा भी खा लिया कर बाबा जी ने बड़ी ताड़ना करी उस बाबा जी बहुत बाबा जी बचन कर लगे ताकत वाली केड़ियां चीजें ये तो घोर पाप है हिंदरा पाप है कई पीढ़ियां तक ये पाप नहीं लेंदा है ये नोट कर लो याद कर लो बाबा जी ने फिर उसे समाधि दी बाबा जी बचन कर लगे धन बाबा दीप सिंह जी ने 26 साल घोरे के बिच बैठ के बंदगी की उन्होंने 26 साल घोरे के बिच बैठ के उन्होंने की खाधा से उत्ते छोले पानी पीते रहे छोले खाधे नाम जपया उन्होंने तो जो समा आया फिर जंग करन दा तो वेखो फिर खंडा चकिया उन्होंने वेखो खंडा खंडा भी बहुत भारा सी उन्होंने बाबा दीप सिंह जी ने खंडा वाहिया फिर तो कहते कहते जरनल मैदान छड के भज गए सन हम देखो बाबा दीप सिंह ने किड़ा मास खाता किड़े आंदे खाते कि ताकत सी उन्होंने बिच तो उम्र भी उस टाइम उन्होंने 80-85 साल के करीबन उम्र सी धन बाबा दीप सिंह जी की देखो तो असी सानू मिल जाए सही कोई चीज असी छड्डदे नहीं असी देखो कहने जी ताकत ताकत तो सारी नाम के बिच ताकत है नाम दे विच ताकत है जिन्नी भी देखो ये तो सब चीजा ने यह तो बहुत बड़ा पाप है देखो पाप है बाबा दीप सिंह जी ने खड्डा बाहिया ते धड़ जो अलग हो गया ना शीस अलग हो गया ते होनी होनी बड़ी हसी कह लगी वो सिखा मैं तो अपना काम करना सी कर दिता पर जिहड़ा तेरा इरादा सी जिहड़ा तेरे मन विच फुरना सी वह मैं पूरा नहीं होण दिता बाबा दीप सिंह जी दा किहड़ा फुरना सी किवें अपना शीस श्री हरिमंदर साहिब विच भेटा करना बाबा दीप सिंह जी उसे टाइम फिर वेखो नाम जपिया सिमरन ताकत धड़ उठिया दोने हथां दे नाल शीस चक्या खब्बी तली ते शीस रखिया खंडा चक्या ते फिर वेखो कल्ला धड़ ते लड़दा ही गया कहिंदे कहौंदे जरनल मैदान छड्ड के भज गए वेखो किस दी ताकत है कोई मां सांडियां दी ताकत है नहीं नहीं ये अमृत दी ताकत है ये 26 साल सिमरन कीता होया वो ताकत आ वेखो फिर ताकत हो वेखो कहते कहते जरनल छड के भज गए ते हुण आपां की कहिंदे हां जो नाम लैंदे आ ना धन धन बाबा दीप सिंह जी अमर शहीद कहने आपां अमर शहीद मन्निया जांदा अमर शहीद किने अमृत दी ताकत दे नाल वेखे ये मन विचों वहम कढ दो भी अमृत किसे सही सरकार दा नहीं नहीं ये गुरु कलगीधर पातशाह दा अमृत बहुत ताकत है अमृत दे विच बहुत ताकत है बहुत ज्यादा देखो आ पिछे जे एक बचन आउंदा सीगा करीबन 1938-39 दे करीबन एक परिवार सी ब्याह होया सी उन्हां दा गुरसिख सन हो किसी साधु महापुरख की संगत करते सन नाम का रंग चढ़िया उदो हजे पाकिस्तान तो 47 बाद दे विच पाकिस्तान बनता उदो सब खुला ही सीगा 38-39 उन्होंने प्रण किया भी सतगुरां ने कृपा की ब्याह हो गया चंगा कार्ज हो गया भी गुरु का शुकराना करने वास्ते भी आपां भी पंजा साहिब चलीए सतगुरां दे चरणां सतगुरां दे चरणां चलीए पंजा साहिब ते दोने जाने तौर पर पति पत्नी नाम जपते गए वेखो जो जा रहे सन ना रास्ते दे विच एक पठान मिल गया उन्हां पठान कुड़ी ते जा रहा सी उसने उतरिया उसने देखा भी इन्हां दा अमृत छकिया वा वो कहन लग्या भी तुहाडा गुरु बड़ा महान होया वे तुहाडे गुरु ने बड़िया करवाइया कीतियां तुहाडी खातर वे तुसीं गुरु दे सिंघ लगदे हो कहन लगे हाँ वे कहिंदे किधर नूं चलिए कहिंदे जी असीं
ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਪੰਜਾਬ ਸਿਰ ਮੱਥਾ ਟੇਕਣ ਜਾ ਰਹੇ ਹਾਂ ਅਸੀਂ, ਵਿਆਹ ਹੋਇਆ ਸੀ। ਪਠਾਨ ਕਹਿਣ ਲੱਗਾ ਮੈਨੇ ਉੱਧਰ ਹੀ ਜਾਣਾ, ਗੁਰੂ ਜੀ ਵਿਚਾਰ ਹੈ ਜਿਨ੍ਹਾਂ ਨੇ ਗੁਰੂ ਧਾਰਿਆ। ਵੇਖੋ ਪਠਾਨ ਗੱਲਾਂ ਕਰਦੇ ਕਰਦੇ ਜਦੋਂ ਚਲੇ ਗਏ ਨਾ, ਰਾਸਤੇ ਜਾਂਦਾ ਰਾਤ ਪੈ ਗਈ। ਜਦੋਂ ਰਾਤ ਪੈ ਗਈ ਪਠਾਨ ਕਹਿਣ ਲੱਗਾ ਵੀ ਇੱਥੇ ਤੁਸੀਂ ਆਰਾਮ ਕਰ ਲਓ, ਵੀ ਆਪਾਂ ਥੋੜਾ ਸੁਨੇਹਾ ਉੱਠ ਕੇ ਚੱਲਵਾਂਗੇ, ਵੀ ਅੱਗੇ ਬਾਟ ਬਹੁਤ ਦੂਰ ਹੈ, ਮੈਂ ਵੀ ਉੱਧਰ ਜਾਣਾ। ਜਦੋਂ ਬਾਰਾਂ ਸਵਾ ਬਾਰਾਂ ਤੋਂ ਉੱਤੇ ਸਮਾਂ ਹੋਇਆ ਨਾ, ਅੱਧੀ ਰਾਤ ਤੋਂ ਉੱਤੇ ਟਾਈਮ ਲੰਘਿਆ, ਪਠਾਨ ਗਿਆ ਕੋਲੇ, ਸਿੱਖ ਨੂੰ ਕਹਿਣ ਲੱਗਾ ਚਲੋ ਫਿਰ ਚੱਲੀਏ ਆਪਾਂ। ਸਿੱਖ ਨੇ ਆਪਣੇ ਪਰਿਵਾਰ ਘਰ ਵਾਲੀ ਨੂੰ ਕਿਹਾ, ਘਰ ਵਾਲੀ ਕਹਿਣ ਲੱਗੇ ਵੀ ਮੈਨੂੰ ਨਾ ਇਹ ਠੀਕ ਨਹੀਂ ਲੱਗਦਾ, ਮੈਨੂੰ ਕੁਝ ਵਧੀਆ ਚੰਗਾ ਨਹੀਂ ਲੱਗਦਾ, ਇਹਦੇ ਵੇਖਣੀ ਇਹਦਾ ਮੈਨੂੰ ਚੰਗਾ ਨਹੀਂ ਲੱਗਿਆ। ਉਹ ਪਠਾਨ ਇਹ ਗੱਲ ਸੁਣ ਲਈ ਕਿਤੇ, ਪਠਾਨ ਆਇਆ ਕਹਿਣ ਲੱਗਿਆ ਹੱਥ ਜੋੜੇ ਬੜੇ ਨਿਮਰਤਾ ਨਾਲ, ਕਹਿਣ ਲੱਗਿਆ ਨਹੀਂ ਮੈਂ ਤੁਹਾਡੇ ਗੁਰੂ ਦਾ ਸਤਿਕਾਰ ਕਰਦਾ ਹਾਂ, ਤੁਹਾਡਾ ਅੰਮ੍ਰਿਤ ਛਕਿਆ ਹੈ, ਤੁਹਾਡੇ ਗੁਰੂ ਨੂੰ ਮੈਂ ਸਹਿਜਦਾ ਕਰਦਾ ਹਾਂ, ਮੈਂ ਤੁਹਾਡੇ ਗੁਰੂ ਦੀ ਸਹੁੰ ਖਾਂਦਾ ਹਾਂ, ਵੀ ਕੋਈ ਗੱਲਬਾਤ ਨਹੀਂ ਹੁੰਦੀ, ਮੈਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਮੈਂ ਚੱਲਾਂਗਾ। ਕਹਿ ਕਹਾ ਕੇ ਦੋਨਾਂ ਨੂੰ ਤੋਰ ਲਿਆ ਉਸਨੇ, ਇਸ਼ਨਾਨ ਪਾਣੀ ਕਰਕੇ ਦੋਨੇ ਹੌਲੀ ਹੌਲੀ ਸਿਮਰਨ ਕਰਦੇ ਜਦੋਂ ਜੰਗਲ ਦੇ ਵਿੱਚ ਪਹੁੰਚੇ ਨਾ, ਕੁਝ ਭਿਆਨਕ ਰਸਤਾ ਐਸਾ ਆਇਆ, ਉਦੋਂ ਕੋਈ ਰਸਤੇ ਵਧੀਆ ਹੈ ਨਹੀਂ ਸੀ, ਐਸਾ ਭਿਆਨਕ ਜਦੋਂ ਰਸਤਾ ਆਇਆ ਤੇ ਪਠਾਨ ਦਾ ਮਨ ਪਹਿਲਾਂ ਹੀ ਬੇਈਮਾਨ ਸੀ, ਉਸਨੇ ਛੁਰਾ ਕੱਢਿਆ ਸਿੰਘ ਦੇ ਛਾਤੀ ਦੇ ਵਿੱਚ ਮਾਰਿਆ ਤੇ ਉਸੇ ਸ਼ਹੀਦ ਕਰ ਦਿੱਤਾ, ਉਹ ਚੜਾਈ ਕਰ ਗਿਆ। ਤੇ ਘਰ ਵਾਲੀ ਪਰਿਵਾਰ ਰੋਈ, ਬਹੁਤ ਰੋਈ, ਉਹ ਬਹੁਤ ਮਾੜਾ ਕੰਮ ਕੀਤਾ, ਬਹੁਤ ਬੋਲੀ ਉਸ ਨੂੰ, ਉਹ ਹੱਸਿਆ, ਉਹ ਕਹਿਣ ਲੱਗਿਆ ਇਹ ਤਾਂ ਕੰਮ ਮੈਂ ਪਹਿਲਾਂ ਹੀ ਕਰਨਾ ਸੀ, ਮੈਂ ਤਾਂ ਇਹ ਅੱਗੇ ਵੀ ਕਰਨਾ, ਮੈਂ ਵੇਖ ਲਿਆ ਸੀ ਚੱਲ ਤੂੰ ਮੇਰੇ ਨਾਲ ਰਹਿਣਾ, ਮੈਂ ਤੈਨੂੰ ਆਪਣੇ ਨਾਲ ਰੱਖਾਂਗਾ, ਜੋ ਤੂੰ ਚਾਹੇਗੀ ਮੰਗੇਗੀ ਮੈਂ ਤੈਨੂੰ ਸਭ ਕੁਛ ਦੇਵਾਂਗਾ। ਉਹ ਵੇਖੋ ਮਾਤਾ ਬੀਬਾ ਇੱਕੋ ਦਮ ਕੜਕ ਕੇ ਬੋਲੀ ਬਿਜਲੀ ਵਾਂਗੂ, ਉਹ ਕਹਿਣ ਲੱਗੀ ਖਬਰਦਾਰ ਜੇ ਤੂੰ ਮੈਨੂੰ ਹੱਥ ਵੀ ਲਾਇਆ, ਜੇ ਤੂੰ ਐਸਾ ਸੋਚਿਆ ਵੀ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪੁੱਤਰੀ ਹਾਂ, ਮੇਰਾ ਅੰਮ੍ਰਿਤ ਛਕਿਆ ਹੈ, ਖਬਰਦਾਰ ਜੇ ਤੂੰ ਮੈਨੂੰ ਹੱਥ ਲਾਇਆ। ਉਹ ਕਹਿਣ ਲੱਗਿਆ ਇੱਥੇ ਹੁਣ ਕੌਣ ਆਊਗਾ, ਇੱਥੇ ਬੀਆਬਾਨ ਜੰਗਲ ਹੈ, ਤੈਨੂੰ ਮੇਰੇ ਨਾਲ ਹੀ ਜਾਣਾ ਪੈਣਾ, ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ। ਉਹ ਕਹਿਣ ਲੱਗੀ ਨਹੀਂ ਮੇਰਾ ਗੁਰੂ ਹਾਜ਼ਰ ਨਾਜ਼ਰ ਹੈ। ਹੱਥ ਤੇ ਹੱਥ ਮਾਰਿਆ, ਹੱਸਿਆ ਪਠਾਨ ਬਹੁਤ। ਉਹ ਕਹਿਣ ਲੱਗਾ ਗੁਰੂ ਨੂੰ, ਤੁਹਾਡੇ ਗੁਰੂ ਨੂੰ 200 ਸਾਲ ਹੋ ਗਏ ਤੂੰ ਗਏ ਨੂੰ ਧਰਤੀ ਤੋਂ, 200 ਸਾਲ ਇੱਥੇ ਨਹੀਂ ਹੁਣ ਕੋਈ ਆ ਸਕਦਾ, ਚੱਲ ਤੈਨੂੰ ਮੇਰੇ ਨਾਲ ਹੀ ਰਹਿਣਾ ਪੈਣਾ। ਉਸ ਟਾਈਮ ਉਸ ਮਾਤਾ ਬੀਬਾ ਨੇ ਨਾ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰੀ ਸਤਿਗੁਰਾਂ ਦੇ ਚਰਨਾਂ 'ਚ, ਰੋ ਰਹੀ ਹੈ ਸਤਿਗੁਰੂ ਤੁਹਾਡੇ ਸਿੱਖਾਂ ਅੰਮ੍ਰਿਤ ਛਕਿਆ ਹੈ, ਗੁਰੂ ਜੀ ਹੁਣ ਐਸਾ ਪਰਚਾ ਪੈ ਗਿਆ ਤੇ ਕਿਰਪਾ ਕਰੋ ਤੁਸੀਂ ਹੁਣ, ਇੰਨੀਆਂ ਹੀ ਅਰਦਾਸਾਂ ਬੇਨਤੀਆਂ ਕਰੀਆਂ। ਉਸ ਮਾਤਾ ਨੇ ਅੱਖਾਂ ਬੰਦ ਹੈ, ਉਸੇ ਟਾਈਮ ਕੰਨਾਂ ਦੇ ਵਿੱਚ ਆਵਾਜ਼ ਪੈਣੀ ਸ਼ੁਰੂ ਹੋ ਗਈ ਮਾਤਾ ਦੇ, ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਭੂਤੇ। ਜਦੋਂ ਹੀ ਜਿਉਂ ਹੀ ਕੰਨਾਂ ਵਿੱਚ ਆਵਾਜ਼ ਪਈ, ਮਾਤਾ ਨੇ ਜਦੋਂ ਅੱਖਾਂ ਖੋਲੀਆਂ ਤਾਂ ਕੀ ਵੇਖਦੀ ਮਾਤਾ, ਸਾਹਮਣੇ ਪ੍ਰਤੱਖ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਨਾਲ 5 ਪਿਆਰੇ ਸਤਿਗੁਰ ਉਸੇ ਟਾਈਮ ਉੱਥੇ ਪਹੁੰਚ ਗਏ। ਸਤਿਗੁਰੂ ਉਸੇ ਟਾਈਮ ਉੱਥੇ ਪਹੁੰਚ ਗਏ ਗੁਰੂ ਕਲਗੀਧਰ ਪਾਤਸ਼ਾਹ। ਮਾਤਾ ਨੇ ਵੇਖਿਆ ਦਰਸ਼ਨ ਕਰੇ, ਲੰਮੇ ਪੈ ਕੇ ਮੱਥਾ ਟੇਕਿਆ, ਸਤਿਗੁਰਾਂ ਨੇ ਭਾਈ ਹਿੰਮਤ ਸਿੰਘ ਨੂੰ ਇਸ਼ਾਰਾ ਕਰਿਆ, ਫੜਿਆ ਪਠਾਨ ਨੂੰ, ਸੋਧਾ ਲਾਇਆ ਉਸਦੇ, ਉਸੇ ਟਾਈਮ ਉਹ ਸੋਧ ਦਿੱਤਾ। ਮਾਤਾ ਆਈ, ਸਤਿਗੁਰੂ ਤੁਸੀਂ ਬੜੀ ਕਿਰਪਾ ਕੀਤੀ ਹੈ, ਲਾਜ ਰੱਖੀ ਹੈ, ਸਤਿਗੁਰੂ ਉਹ ਤੁਹਾਡਾ ਸਿੰਘ ਹੈ, ਉਹ ਵੀ ਸ਼ਹੀਦੀ ਪਾ ਗਿਆ, ਸਤਿਗੁਰ ਦੇ ਸਮਾਂ ਟਾਈਮ ਲੰਘ ਗਿਆ ਤਾਂ ਮੇਰੇ ਨਿਮਾਣੀ ਤੇ ਵੀ ਕਿਰਪਾ ਕਰ ਦਿਓ, ਮੈਨੂੰ ਵੀ ਆਪਣੇ ਦਰਗਾਹ ਵਿੱਚ ਚਰਨਾਂ ਦੇ ਵਿੱਚ ਥਾਂ ਬਖਸ਼ ਦਿਓ, ਬਸ ਕਿਰਪਾ ਕਰ ਦਿਓ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਸਤਿਗੁਰੂ ਘੋੜੇ ਤੋਂ ਉਤਰੇ, ਗੁਰੂ ਜੀ ਦੇ ਕੋਲੇ ਤੀਰ ਸੀਗਾ, ਸਤਿਗੁਰੂ ਨੇ ਜਿੱਥੇ ਜ਼ਖਮ ਸੀ ਨਾ ਤੀਰ ਲਾਇਆ ਉੱਥੇ, ਤੇ ਗੁਰੂ ਜੀ ਨੇ ਮੱਥੇ ਤੇ ਤੀਰ ਲਾ ਕੇ ਬਚਨ ਕਰਿਆ, ਉਹ ਸਿੰਘਾ
ਤੂੰ ਇੱਥੇ ਪਿਆ ਅਸੀਂ ਤੇਰੇ ਕੋਲੇ ਆਇਆ ਲੈ ਤੂੰ ਕਰ ਲਾ ਦਰਸ਼ਨ ਉੱਠ ਕੇ ਵੇਖ ਇੰਨਾ ਹੀ ਬਚਨ ਕਰਿਆ ਉਸੇ ਟਾਈਮ ਉਹ ਸਿੰਘ ਵਾਹਿਗੁਰੂ 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 ਸ਼ਬਦ ਕਰਦਾ ਉੱਠ ਕੇ ਬੈਠ ਗਿਆ ਉੱਠ ਕੇ ਬੈਠ ਗਿਆ ਮੱਥਾ ਟੇਕਿਆ ਅੱਖਾਂ ਤੇ ਹੱਥ ਮਾਰਦਾ ਵੇਖਦਾ ਵੀ ਸੁਪਨਾ ਹੈ ਜਾਂ ਕੀ ਹੈ ਗੁਰੂ ਪਹੁੰਚਿਆ ਹੈ ਪਰਿਵਾਰ ਘਰ ਵਾਲੀ ਨੇ ਫਿਰ ਦੱਸੀ ਸਾਰੀ ਗੱਲਬਾਤ ਉਹਨੇ ਫਿਰ ਬੇਨਤੀ ਕਰੀ ਸਤਿਗੁਰੂ ਲਾਜ ਰੱਖੀ ਇੱਥੇ ਧੰਨ ਸ੍ਰੀ ਗੁਰੂ ਕਣਗੀਧਰ ਪਾਤਸ਼ਾਹ ਬਚਨ ਕਰਨ ਲੱਗੇ ਤੁਸੀਂ ਮੇਰੇ ਸਿੰਘ ਹੋ ਤੁਸੀਂ ਮੇਰੇ ਆਪਣੇ ਆਪ ਦੇ ਹੋ ਤੁਸੀਂ ਨਾਮ ਜਪਣ ਵਾਲੇ ਹੋ ਜਿਹੜਾ ਵੀ ਨਾਮ ਜਪਦਾ ਗੁਰੂ ਧਾਰਿਆ ਮੈਂ ਉਹਤੋਂ ਕਦੇ ਵੀ ਦੂਰ ਨਹੀਂ ਮੈਂ ਉਹਦੇ ਅੰਗ ਸੰਗ ਹੀ ਰਹਿੰਦਾ ਅੰਗ ਸੰਗ ਰਹਿੰਦਾ ਹਾਂ ਸਤਿਗੁਰੂ ਬਚਨ ਕਰਨ ਲੱਗੇ ਜਾਓ ਜਿੱਥੇ ਵੀ ਜਾਣਾ ਹੈ ਜਾ ਕੇ ਦਰਸ਼ਨ ਕਰੋ ਮੇਰਾ ਪਹਿਰਾ ਤੁਹਾਡੇ ਨਾਲ ਹਰ ਟਾਈਮ ਹੈ ਦੇਖੋ ਗੁਰੂ ਆਪਣੇ ਨਾਲ ਹੋਵੇਗਾ ਜਦੋਂ ਆਪਾਂ ਅੰਮ੍ਰਿਤ ਛਕ ਕੇ ਅੰਮ੍ਰਿਤ ਵੇਲੇ ਸਿਮਰਨ ਕਰਾਂਗੇ ਗੁਰੂ ਕਦੇ ਵੀ ਨਹੀਂ ਕਿਤੇ ਗਿਆ ਕਿਤੇ ਨਹੀਂ ਗਿਆ ਦੇਖੋ ਗੁਰੂ ਵਰਤਦਾ ਹੈ ਉਸ ਟਾਈਮ ਫਿਰ ਜਦੋਂ ਦਿਨ ਚੜਿਆ ਨਾ ਦਿਨ ਚੜਿਆ ਉੱਥੇ ਗੱਲਾਂ ਬਾਤਾਂ ਹੋਣ ਲੱਗੀਆਂ ਤੇ ਘੱਟ ਹੋਇਆ ਪਠਾਨ ਦੇ ਬਾਰੇ ਪੁੱਛਣ ਲੱਗੇ ਪਠਾਨ ਕਿਸੇ ਆਉਂਦੇ ਤੇ ਸੀ ਪਤਾ ਲੱਗਿਆ ਵੀ ਪਠਾਨ ਉਹ ਮਰ ਗਿਆ ਉਹ ਮਾਤਾ ਨੇ ਫਿਰ ਉਹ ਬਿਆਨ ਦਿੱਤੇ ਉਸ ਮਾਤਾ ਬੀਬਾ ਨੇ ਕਹਿਣ ਲੱਗੇ ਮਾੜੀ ਹਰਕਤ ਕਰਦਾ ਸੀ ਮਾੜੀ ਸੋਚ ਸੀ ਇਸਨੇ ਸ਼ਹੀਦ ਕਰ ਦਿੱਤਾ ਸੀ ਮੇਰੇ ਇਸ਼ਟ ਨੇ ਮੇਰੇ ਗੁਰੂ ਨੇ ਆਣ ਕੇ ਸਾਨੂੰ ਬਚਾਇਆ ਹੈ ਉਸ ਟਾਈਮ ਇਹ ਸਾਰਾ ਬਿਆਨ ਦਰਜ ਹੋਇਆ ਉੱਥੇ ਫਿਰ ਦੇਖੋ ਸਾਰਾ ਉਰਦੂ ਅਖਬਾਰ ਵਿੱਚ ਸਾਰਾ ਹੀ ਬਿਆਨ ਦਰਜ ਹੋਇਆ ਸੋ ਇਸ ਕਰਕੇ ਗੁਰੂ ਕਦੇ ਵੀ ਨਹੀਂ ਕਿਤੇ ਗਿਆ ਗੁਰੂ ਹਾਜ਼ਰ ਨਾਜ਼ਰ ਹੈ ਗੁਰੂ ਹੁਣ ਵੀ ਵਰਤ ਰਿਹਾ ਹੈ ਸੋ ਇਸ ਕਰਕੇ ਹੁਣ ਟਾਈਮ ਸਮਾਂ ਹੈ ਗੁਰੂ 'ਚ ਕੋਈ ਕਮੀ ਨਹੀਂ ਹੈ ਕਮੀਆਂ ਸਾਡੇ ਵਿੱਚ ਕਮੀਆਂ ਨੇ ਕਮੀਆਂ ਹੀ ਕਮੀਆਂ ਨੇ ਅਸੀਂ ਅੰਮ੍ਰਿਤ ਨਹੀਂ ਛਕਦੇ ਅੰਮ੍ਰਿਤ ਜੇ ਛਕਿਆ ਵੀ ਹੈ ਤਾਂ ਅੰਮ੍ਰਿਤ ਵੇਲੇ ਅਸੀਂ ਉਹ ਨਿਤਨੇਮ ਨਹੀਂ ਕਰਦੇ ਅਸੀਂ ਵੇਖੋ ਕਿੰਨੀਆਂ ਕਮੀਆਂ ਨੇ ਜੇ ਨਿਤਨੇਮ ਵੀ ਕਰਦੇ ਫਿਰ ਅਸੀਂ ਗੁਰਦੁਆਰਾ ਜਾ ਕੇ ਦਰਸ਼ਨ ਨਹੀਂ ਕਰਦੇ ਸਤਿਗੁਰਾਂ ਦੇ ਕਿਤੇ ਗਏ ਗੁਰਦੁਆਰੇ ਜਾ ਕੇ ਬੇਨਤੀ ਕਰੀ ਸਤਿਗੁਰਾਂ ਦੇ ਚਰਨਾਂ 'ਚ ਸਤਿਗੁਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ ਹਾਂ ਮੇਰੇ 'ਤੇ ਕਿਰਪਾ ਕਰੋ ਮੈਨੂੰ ਦਰਸ਼ਨ ਦੇਵੋ ਕਿਤੇ ਦਰਸ਼ਨਾਂ ਦੀ ਮੰਗ ਮੰਗੀ ਸਤਿਗੁਰਾਂ ਕੋਲੋਂ ਨਹੀਂ ਮੰਗੀ ਸਾਡੀਆਂ ਮੰਗਾਂ ਹੀ ਹੋਰ ਨੇ ਸਾਡੀਆਂ ਮੰਗਾਂ ਹੀ ਹੋਰ ਨੇ ਸਾਡੀਆਂ ਮੰਗਾਂ ਈਰਖੇ ਵਾਲੀਆਂ ਈਰਖੇ ਵਾਲੀਆਂ ਹਾਂ ਸਤਿਗੁਰੂ ਗਵਾਂਢੀਆਂ ਨੇ ਕੋਠੀ ਪਤਾ ਨਹੀਂ ਕਿਉਂ ਪਾਲੀ ਪਤਾ ਨਹੀਂ ਕਿੱਥੋਂ ਪੈਸਾ ਲਿਆਂਦਾ ਜਿੱਥੇ ਕਦੇ ਕੰਮ ਰੁਕ ਗਏ ਨਾ ਵਿੱਚ ਸਤਿਗੁਰੂ ਮੈਂ ਫੇਰ ਤੁਹਾਡੇ ਕੋਲ ਆਣ ਕੇ ਦੇਗ ਕਹਿਵਾਵਾਂਗਾ ਸਤਿਗੁਰੂ ਜੇ ਉਹਦਾ ਨੁਕਸਾਨ ਹੋ ਜਾਵੇ ਨਾ ਫੇਰ ਮੈਂ ਪਾਠ ਸ਼ੁਰੂ ਕਰਾਂਗੇ ਵੇਖੋ ਸਾਡੀਆਂ ਮੰਗਾਂ ਐਸੀਆਂ ਅਸੀਂ ਸਿੱਖ ਕੈਸੇ ਹਾਂ ਵੇਖੋ ਕੈਸੇ ਸਿੱਖ ਬਣੇ ਬੈਠੇ ਸੋ ਇਸ ਕਰਕੇ ਨਹੀਂ ਹੁਣ ਟਾਈਮ ਸਮਾਂ ਹੈ ਸਰੀਰ ਮਿਲਿਆ ਹੈ ਲਾਹਾ ਲਈਏ ਆਪਾਂ ਅੰਮ੍ਰਿਤ ਛਕੀਏ ਗੁਰੂ ਧਾਰੀਏ ਕਈਆਂ ਦੇ ਨਾ ਮਨ ਵਿੱਚ ਇੱਕ ਹੋਰ ਵਹਿਮ ਹੁੰਦਾ ਕਹਿੰਦੇ ਜੀ ਕੋਈ ਨਾ ਅਸੀਂ ਕਿਹੜਾ ਕੁਝ ਖਾਂਦੇ ਪੀਂਦੇ ਹਾਂ ਤੇ ਸਿੱਖ ਤਾਂ ਹੈ ਅਸੀਂ ਤੇ ਅਸੀਂ ਸੇਵਾ ਬਥੇਰੀ ਕਰਦੇ ਹਾਂ ਤੇ ਗੁਰੂ ਕਣਗੀਧਰ ਪਾਤਸ਼ਾਹ ਨੇ ਇਸ ਪ੍ਰਥਾਏ ਵੀ ਆਪਣੇ ਤੇ ਵਹਿਮ ਭਰਮ ਕੱਢ ਦਿੱਤੇ ਸਤਿਗੁਰਾਂ ਨੇ ਪਰ ਗੁਰੂ ਤਾਂ ਗੁਰੂ ਹੀ ਧਾਰਿਆ ਗੁਰੂ ਤੋਂ ਬਗੈਰ ਕੁਝ ਨਹੀਂ ਮਿਲਦਾ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤੀ ਗੁਰੂ ਤੋਂ ਬਗੈਰ ਨਹੀਂ ਮਿਲਦੀ ਇਹ ਗੱਲ ਨੋਟ ਕਰ ਲਿਓ ਬਸ ਸਤਿਗੁਰਾਂ ਨੇ ਉਹ ਵੀ ਵਹਿਮ ਕੱਢ ਦਿੱਤਾ ਕਈਆਂ ਦੇ ਮਨ ਵਿੱਚ ਹੈ ਯਾਰ ਅਸੀਂ ਗੁਰਦੁਆਰੇ ਤਾਂ ਬਹੁਤ ਸੇਵਾ ਕਰਦੇ ਹਾਂ ਕੋਈ ਗੱਲ ਨਹੀਂ ਅੰਮ੍ਰਿਤ ਛਕਣ ਨੂੰ ਕਿਹੜੀ ਗੱਲ ਆ ਭਾਰਤ ਆ ਰਹਾ ਵੀ ਨਹੀਂ ਨਹੀਂ ਜਦੋਂ ਸਤਿਗੁਰੂ ਗੁਰੂ ਕਣਗੀਧਰ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਤਾਰਦੇ ਨਾ ਭਾਈ ਡੱਲੇ ਕੋਲੇ ਜਦੋਂ ਪਹੁੰਚੇ ਅਤੇ ਆਸਾ ਹੁਣ ਬਹੁਤ ਸਮੁੰਦਰ ਆ ਥਾ ਪਰ ਸਿਰਫ ਆਪਣੀ ਵਿਚਾਰ ਸਮੇਂ ਦੇ ਨਾਲ ਤੇ ਇੱਥੇ ਹੁਣ ਗਿਆਨੀ ਜੀ ਆਏ ਨੇ ਗ੍ਰੰਥੀ ਜੀ ਆਏ ਨੇ ਆਪਾਂ ਨੂੰ ਉਹਨਾਂ ਨੇ ਆਪਾਂ ਉਹਨਾਂ ਦੇ ਵੀ ਬਚਨ ਆਪਾਂ ਉਪਦੇਸ਼ ਸੁਣਨਾ ਹੈ ਸੋ ਸਮਾਂ ਉਹਨਾਂ ਕੁ ਹੈ ਸਹਿਮਤ ਸੋ ਇਸ ਕਰਕੇ ਜਦੋਂ ਸਤਿਗੁਰੂ ਉੱਥੇ ਪਹੁੰਚੇ ਗੁਰੂ ਮਹਾਰਾਜ ਤੇ ਸਮਾਂ ਸਤਿਗੁਰੂ ਉੱਥੇ ਰਹੇ ਦੁਨੀਆਂ ਨੂੰ ਤਾਰਿਆ ਤੇ 500 ਦੀ ਰਾਸ਼ਨ ਆਉਂਦੀ ਸੀ ਉਸਦੀ ਭਾਈ ਡੰਡੇ ਦੀ ਲੰਗਰ ਦੇ ਵਿੱਚ ਤੇ ਸਤਿਗੁਰਾਂ ਦੇ ਜਿਹੜੇ ਨਾਲ ਦੇ ਸਿੰਘ ਸੀ ਨਾ ਤੇ ਗੁਰੂ ਜੀ ਨੇ ਉਹਨਾਂ ਨੂੰ ਬਚਨ ਕਰਿਆ ਸੀ ਭਾਈ ਡੰਡੇ ਦਾ ਕੁਝ ਛਕਣਾ ਨਹੀਂ ਇਹ ਨਗੂਰਾ ਹੈ ਨਗੂਰਾ ਨਗੂਰੋ ਕੋਲੋਂ ਲੈ ਕੇ ਮਹਾ ਪਾਪ ਹੈ ਨਗੂਰੇ ਦਾ ਦਰਸ਼ਨ ਕਰਨਾ ਹੀ ਉਹ ਉਦੋਂ ਵੱਡਾ ਪਾਪ ਹੈ ਦੇਖੋ ਸਤਿਗੁਰਾਂ ਨੇ ਬਚਨ ਕਰੇ
समा होया जो फिर गुरु जी अगे जाने लगे ना सतगुरु गुरु कड़की धर पातशाह ते भाई डल्ला कोले आया सतगुरु बचन कर लगे भी डल्या असीं हुण अगे जाना है कोई मंग है तां मंग ला ਉਹ ਮਨ ਵਿੱਚ ਸੋਚਣ ਲੱਗਿਆ ਘੋੜੇ ਵੀ ਬਥੇਰੇ ਨੇ ਫੌਜਾਂ ਵੀ ਬਥੇਰੀਆਂ ਨਾਕਾ ਵੀ ਬਹੁਤ ਵੱਡਾ ਮਿਲਿਆ ਸਭ ਕੁਝ ਹੈ ਮੰਗਾ ਕੀ ਮੈਂ ਹੈ ਅੰਤਰਜਾਮੀ ਪਾਤਸ਼ਾਹ ਮੇਰੇ ਸਤਿਗੁਰੂ ਬਚਨ ਕਰਨ ਲੱਗੇ ਭਾਈ ਡੱਲਿਆ ਇਹ ਚੀਜ਼ਾਂ ਨੀ ਤੂੰ ਗਾਂ ਵਾਲੇ ਸੋਚ ਅੱਗੇ ਵਾਲੇ ਵਾਲੇ ਸੋਚ ਹਾਂ ਕਹਿਣ ਲੱਗਿਆ ਸਤਿਗੁਰੂ ਜੀ ਮੈਨੂੰ ਯਾਦ ਆਇਆ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਜਦੋਂ ਮੈਂ ਮਰਿਆ ਨਾ ਤੁਹਾਡੀ ਦਰਗਾਹ ਵਿੱਚ ਗਿਆ ਉੱਥੇ ਮੈਨੂੰ ਪੀੜੀ ਜਿੰਨਾ ਥਾਂ ਬਖਸ਼ ਦਿਓ ਪੀੜੀ ਜਿੰਨਾ ਥਾਂ ਧੰਨ ਸ੍ਰੀ ਗੁਰੂ ਕਹਿਣਗੀ ਧਰ ਪਾਤਸ਼ਾਹ ਬਚਨ ਕਰਨਗੇ ਭਾਈ ਡੰਡਿਆ ਤੇਰੇ ਵਾਸਤੇ ਦਰਗਾਹ ਦੇ ਵਿੱਚ ਸੂਈ ਦੇ ਨੱਕੇ ਜਿੰਨਾ ਵੀ ਥਾਂ ਹੈ ਸੂਈ ਦੇ ਨੱਕੇ ਜਿੰਨਾ ਵੀ ਥਾਂ ਨੀ ਬੜਾ ਹੈਰਾਨ ਹੋਇਆ ਕਹਿਣ ਲੱਗਾ ਸਤਿਗੁਰੂ ਇੰਨੀ ਸੇਵਾ ਕੀਤੀ ਤੁਹਾਡੀ ਇੰਨਾ ਰਾਸ਼ਨ ਆਉਂਦਾ ਰਿਹਾ ਪਹਿਰਾ ਰੱਖਿਆ ਇੰਨਾ ਸਮਾਂ ਹੋ ਗਿਆ ਸੀ ਤੁਹਾਡੀ ਸੇਵਾ ਕਰਦਿਆਂ ਨੂੰ ਤੇ ਹਜੇ ਵੀ ਮੇਰੇ ਵਾਸਤੇ ਦਰਗਾਹ 'ਚ ਥਾਂ ਨਹੀਂ ਹੈ ਵੇਖੋ ਫਿਰ ਗੁਰੂ ਕਲਗੀਧਰ ਪਾਤਸ਼ਾਹ ਬਚਨ ਕਰਨ ਲੱਗੇ ਸਤਿਗੁਰੂ ਬਚਨ ਕਰਨ ਲੱਗੇ ਭਾਈ ਡੰਡਿਆ ਠੀਕ ਹੈ ਤੂੰ ਸੇਵਾ ਕਰੀ ਸੇਵਾ ਦੇ ਪਰਥਾਏ ਸੇਵਾ ਪਰ ਤੂੰ ਗੁਰੂ ਤਾਂ ਨਹੀਂ ਧਾਰਿਆ ਗੁਰੂ ਤਾਂ ਨਹੀਂ ਧਾਰਿਆ ਕਹਿਣ ਲੱਗਿਆ ਨਹੀਂ ਗੁਰੂ ਜੀ ਬਚਨ ਕਰ ਲੈਗੇ ਠੀਕ ਹੈ ਸੇਵਾ ਦੇ ਸੇਵਾ ਪਰਥਾਏ ਸੇਵਾ ਤੂੰ ਮਰਿਆ ਮਰ ਕੇ ਤੂੰ ਸੱਪ ਦੀ ਜੂਣ ਵਿੱਚ ਪੈ ਗਿਆ ਮਰਨਾ ਤਾਂ ਸਭ ਨੇ ਹੈ ਸੱਪ ਬਣਿਆ ਕਿਸੇ ਜੋਗੀ ਦੇ ਹੱਥ ਵਿੱਚ ਆ ਜਾਵੇਗਾ ਸਮੇਂ ਮੁਤਾਬਕ ਤੈਨੂੰ ਦੁੱਧ ਮਿਲ ਜਾ ਕਰੇਗਾ ਤੇਰੀ ਸੇਵਾ ਦੇ ਨਾਲ ਸੇਵਾ ਹੋ ਜਾ ਕਰੇਗੀ ਸਤਿਗੁਰ ਬਚਨ ਕਰ ਲੈਗੇ ਮਰਿਆ ਪਸ਼ੂ ਬਣ ਗਿਆ ਕਿਸੇ ਘਰੇ ਜ਼ਿਮੀਦਾਰ ਦੇ ਹੋਵੇਗਾ ਸਮੇਂ ਦੇ ਨਾਲ ਤੇਰੀ ਸੇਵਾ ਤੈਨੂੰ ਪਾਣੀ ਮਿਲ ਜਾ ਕਰੇਗਾ ਸਮੇਂ ਦੇ ਨਾਲ ਤੇਰੇ ਝੁੱਲ ਪੈ ਜਾ ਕਰੇਗਾ ਤੈਨੂੰ ਪੱਖਾ ਲੱਗ ਜਾਵੇਗਾ ਸੇਵਾ ਦੇ ਨਾਲ ਸੇਵਾ ਉੱਚੇ ਬੈਠੇ ਸਨ ਸਤਿਗੁਰੂ ਆਣ ਕੇ ਥੱਲੇ ਉਸਦੇ ਗਲ ਦੇ ਵਿੱਚ ਸਰੂਪਾ ਪਾਇਆ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਘੁੱਟ ਕੇ ਗਲਵੱਕੜੀ ਦੇ ਵਿੱਚ ਲਿਆ ਉਸ ਟਾਈਮ ਸਤਿਗੁਰਾਂ ਨੇ ਫਿਰ ਵਰ ਦਿੱਤੇ ਸਤਿਗੁਰ ਬਚਨ ਕਰਨ ਲੱਗੇ ਡੰਡਿਆ ਤੂੰ ਗੁਰੂ ਧਾਰ ਲਿਆ ਜਾਂ ਅਸੀਂ ਤੈਨੂੰ ਬਚਨ ਕਰਦੇ ਤੇਰੇ ਵਾਸਤੇ ਦਰਗਾਹ ਦੇ ਵਿੱਚ ਮਹੱਲਾ ਦੇ ਮਹੱਲ ਪਾਏ ਨੇ ਖੁੱਲੇ ਤੇਰੇ ਵਾਸਤੇ ਦੇਖੋ ਸਤਿਗੁਰਾਂ ਨੇ ਬਚਨ ਕਰਿਆ ਨਹੀਂ ਕਈ ਵਹਿਮ ਕਰਦੇ ਆ ਜੀ ਚਲੋ ਜੀ ਸੇਵਾ ਕਰਦੇ ਆ ਪਰ ਗੁਰੂ ਤੋਂ ਬਗੈਰ ਇਹ ਨੋਟ ਕਰ ਲਿਓ ਗੱਲ ਮੁਕਤੀ ਨਹੀਂ ਹੋਣੀ ਗੁਰੂ ਤੋਂ ਬਗੈਰ ਭਟਕਦਾ ਜੀਵ ਤੁਰਿਆ ਫਿਰਦਾ ਰਹੂਗਾ ਸੋ ਬਹੁਤ ਵੱਡੇ ਭਾਗ ਨੇ ਸੋ ਆਓ ਆਪਾਂ ਸਾਰੇ ਇੱਕ ਵਾਰ ਹਾਜ਼ਰੀ ਲਵਾਈਏ ਧਾਰਨਾ ਦੇ ਨਾਲ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਜਿਸ ਟਾਈਮ ਸਤਿਗੁਰੂ ਜਾਂਦੇ ਸਨ ਤੇ ਬਹੁਤ ਸਿੱਖ ਸੰਗਤਾਂ ਸੀਗੀਆਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਤੇ ਸਤਿਗੁਰਾਂ ਨੇ ਫਿਰ ਭਾਈ ਦਇਆ ਸਿੰਘ ਨੂੰ ਬਚਨ ਕਰਿਆ ਵੀ ਸੰਗਤਾਂ ਨੂੰ ਇਹ ਪਹਿਲਾਂ ਬਚਨ ਕਰੋ ਵੀ ਜਿਹਨੇ ਗੁਰੂ ਜੀ ਨਾਲ ਬਚਨ ਬਿਲਾਸ ਕਰਨਾ ਹੈ ਵੀ ਪਹਿਲਾਂ ਉਹ ਅੰਮ੍ਰਿਤ ਛਕੇ ਅੰਮ੍ਰਿਤ ਛਕੇ ਜਿਹਨੇ ਵੀ ਗੁਰੂ ਨੂੰ ਮਿਲਣਾ ਹੈ ਭਾਈ ਦਇਆ ਸਿੰਘ ਧਾਰਨਾ ਪੜ੍ਹਦੇ ਕੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ।
वाहे गुरु, 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 वाहे गुरु। बंदनी कला वाले महापुरुष संत बाबा जोरा सिंह जी ने लंबे समय तो दिल्ली दे विच इस समागमां दी लड़ी कई दहाकियां तो आरंभ कीती है। इस समागम में जो आप नहीं आए उन्होंने सपुत्र बाबा गुरबख्श सिंह जी उन्होंने हाजरी भरी है। मेरे वीर जी सरदार मनजीत सिंह होर ने मैनु बाकी बाबा जी नाल जिहड़े प्रेम करने वाले गुरसिख ने उन्होंने आके ये सदा दिता सी कि मैं भी इत्थे आके हाजरी भरा। सो संयोग बनिया आप संगत दे दर्शन करदा सच्चे पातशाह दे चरणा विच मत्था टेकदा। धन गुरु अमरदास पातशाह ने माणिया दे मान मिताणिया दे तान लुटिया दे ओट निगत्या दे गत निपत्या दे पत नितरिया दे देव ਆਸਰਿਆਂ ਦੇ ਆਸਰੇ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੇ ਸਮਾਗਮ ਨੇ। ਸਤਿਗੁਰੂ ਜੀ ਨੇ 19 ਸਾਲ ਧਰਮ ਕਰਮ ਕੀਤੇ। ਗੰਗਾ ਜੀ ਦੇ ਦਰਸ਼ਨਾਂ ਵਾਸਤੇ ਇਸ਼ਨਾਨ ਵਾਸਤੇ ਬਾਸਰ ਦੇ ਗਿੰਦ ਪਿੰਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੇ ਆਪਾਂ ਝਬਾਲ ਬੀੜ ਬਾਬਾ ਬੁੱਢਾ ਸਾਹਿਬ ਵਾਲੇ ਪਾਸੇ ਨੂੰ ਜਾਈਏ ਤੇ ਰਸਤੇ ਵਿੱਚ ਆਉਂਦਾ ਹੈ। ਉੱਥੋਂ ਪੈਦਲ ਜਾਣਾ ਹਰਿਦੁਆਰ, ਵਰਤ ਵੀ ਰੱਖਣੇ, ਨੇਮ ਵੀ ਕਰਨੇ, ਆਪਣੇ ਵੱਲੋਂ ਸਾਰੀ ਸੁਚਮਤਾ ਰੱਖਦੇ ਸੀ। ਪਰ ਇੱਕ ਵੈਸ਼ਨਵ ਸਾਧੂ ਨੇ ਇਹ ਗੱਲ ਕਹਿ ਕੇ ਕਿ ਅਮਰਦਾਸ ਤੂੰ ਨਗੁਰਾ ਹੈ ਭਾਈ, ਤੂੰ ਚੰਗਾ ਨਹੀਂ ਕੀਤਾ। ਅਸੀਂ
तेरी निगुरे की संगत कीती है, साथ दिता है और साडे कीते होए धर्म कर्म जिहड़े ने रखे वर कीते इशनान सब अजाई चले गए। सतगुरां दी बाणी विच जिहड़ा नगोरा है उहदे भी बड़े करड़े शब्द ने, नगोरे का है ना गोरा, उहदा ते ना ही पैड़ा है, पर ये वोटां दी राजनीति ने सानू सारिआं नूं सिक्खी दा सर्टिफिकेट दे दित्ता। जिहनूं मर्जी पुछ लो कहिंदा साडी गुरद्वारे च वोट भी बणी है। इलैक्शन कमीशन वाले तुहानूं सिक्खी दा सर्टिफिकेट नहीं दे सकदे, सिक्खी दा सर्टिफिकेट तुहानूं पंज प्यारिआं तों मिलणा है। कल अमृत दा बाटा तैयार होणा है, मंगला साहब हर ऐतवार होंदा है, शीश गंज साहब हर बुधवार होंदा है। मैनूं हुणे जो बाबा जी इत्थे सेवा निभाउंदे ने बाबा जगजीत सिंह होर वो दस रहे सी तकरीबन एक महीने में चार वारी जिथे जिथे बाबा जी के समागम दीवान होंदे ने उत्थे खड़े बाटे का ये अमृत छकाया जाता है, उत्थे बाटा तैयार किया जाता है, अबलाकी गुरु के जहाज चढ़ते हैं। सो मैं सारिआं नूं बेनती करांगा भाई गुरु वाले बनो, क्योंकि नगोरे का तो ना ही पैदा है, ये रस्ते असीं कढ लए, बड़िया लंबिया चौड़िया दिया व्याख्या हो सकदियां ने, पर इहदा नचोड़ इहो है कि भाई जिस व्यक्ति ने सुखी जीवन जीना है, तुसीं कार का सफर किया, स्कूटर का सफर करते हो, बस का सफर करते हो, अपनी लेन विच चलोगे, बैल्ट पा के रखोगे, ओवर स्पीड नहीं करोगे, शराब पी के गड्डी नहीं चलाओगे, कुछ नहीं होएगा, ठीक ठाक पहुंचोगे, जे आप सारे नियम तोड़ दें तो फिर किसी को तो मारने की लोड़ ही नहीं, असी तो आप ही बहुत अलग अलग बनी फिरते। थोड़े देर पहला अमेरिका च एक एक्सीडेंट होया है, मेरे बच्चे दस रहे सी पार्टी के बीचों शराब पी के लड़का निकले, उन्होंने इन्ना ही नहीं पता अमेरिका वर्गे मुल्क में उत्थे वन वे है, जिधरों गड्डिया आ रही सी उस पास गड्डी पाली, उधरों आदि गड्डिया नाल सामने गड्डी बजी है, इहदा ते ट्रक वड्डा सी इह बच गया, दो गोरे बच्चे उन्हां दी मौत हो गई, पूरी कौम की बदनामी इस गल में, गोरिया च नफरत भी इदा ये साढ़े मुल्क आके साढ़े बच्चे मारी जाते। साढ़े गुरु ने सानू समझाया सी भी जिथे जाए बहीए भला कहीए झोल अमृत पीते, जिथे जाओ सुख मंगो, कौन कढ़ेगा तुहानूं उत्थों, कौन तुहानूं नहीं रखना चाहेगा, कौन कहेगा भी तुसी लोग ठीक नहीं है। हुण उस बच्चे की पूरी जिंदगी क्रश हो जाए, पूरी जिंदगी अजे मरण वाले तो फिर छुट गया, मुक गया काम, अगो कोई होर जूनी मिल जाएगी, इहनूं जूनी भी कोई नहीं मिलेगी, और सारी उम्र गोरिया ने बाहर भी नहीं आना देना। गल सिर्फ इतनी है कि खाते पीते नैश करते, जे अमृतधारी बच्चा होता
गुरसिख होता ना घर उजड़ता ना किसी का घर उजाड़ता ना ही सारी उम्र एक होर नरक ने जिहड़ियां कहिंदा उहनां विच जांदा जे तां तुसीं चाहुंदे हो सुखी जिंदगी सफल जिंदगी जरूर अमर ते जे वेखो साडे पातशाह आए सी देखण आए हो जगत तमाशा उन्होंने जगत का तमाशा वेखिया है जे वेखना है ते तुसीं भी अमृत छक लो तुसीं भी वेखो ते जे तमाशा बनना है ये तुहाडी मर्जी है दिल्ली विच ना जिहड़ी दिल्ली पुलिस है हर जिले की पुलिस एक दिन मनाउंदी है मंगला साहब के जो आले दुआले वाले ने वो इंडिया गेट मनाते हैं कथा उन्होंने मैं सद्या उत्थे बच्चे ने एक नाटक किया वो नाटक यह शराबियां का जवारियां का समैकियां का उन्होंने बच्चों ने वो नाटक विखाने तो बाद एक बड़ी सोहनी गल आखी कि जे तो भाई ये तमाशे देखने ने तो अपने आप को बचा तुसी तमाशा वेख भी सकते हो तमाशा बन भी सकते अभ्या शादी में तुसी वेखते हो आम बंदा कई दिन से विह वेखने चलते हैं विह सोफी वेखते हैं शराबियां ने की वेखना है उन्होंने तो अपना विह बनया होता है सो इस करके जे तो जगत तमाशा वेखना है तो तुसी बच तो जे अपना तमाशा ही बनाना है तो फिर तो अज भी बने कल भी बने बड़े थोड़े शब्द ने कि महाराज ने सानू इन्ना सोहना जीवन दिता है पर सानू मर्यादा में रहना पड़ेगा बंदिश में रहना पड़ेगा हुण कोई कहे जी बेल्ट लाउणी बंदिश है स्पीड की लिमिट रखनी ये बंदिश है मैं एक लैन में गड्डी चलावा ये तो बंदिश है तो भाई तू अपनी जिंदगी वास्ते चलानी है जे खुद मरना है तो दूजे को मारना तो जिदा मर्जी चला असी उस रस्ते असी उस रस्ते जाना है जिदे नाल साडी जिंदगी भी ठीक हो गए और दूजियां दी जिंदगी भी ठीक हो इसे करके दुनिया सिखा ते माण करदी है कोई संसार का मुल्क मैं नहीं वेखिया कि जिथे कहा जाता हो सिख चले जा मैं नहीं वेखिया तो तुहानू को मुल्क मिलिया हो मैं दस दिन दुनिया का हर मुल्क ये चाहता है कि साडे देश में सिख रह ट्रंप वर्गे राष्ट्रपति अमेरिका दे कहना पड़ा करोने भी मैं तो चाहना भी हर शहर च गुरद्वारा होना चाहिए ये गुरु दियां दित्तियां शिक्षावां करके मर्यादा करके निजमा करके सेवा संगठन के दिते सिद्धांत करके है कि तुम बिल्कुल कट होके कट होके भी तुम दुनिया के सिर पर राज तो नहीं करते पर दिलों के राज जरूर करते हो इन्हें एक शब्द प्रवान करना जी कल आप जी जरूर अमृत छको सच्चे पातशाह साढ़े परिवार में सुख वरदान सारे का धन्यवाद वाहेगुरु जी का खालसा वाहेगुरु जी वाहे गुरु वाहे गुरु वाहे गुरु वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती स्मरकै गुरु नानक लई ते आए रंगत गुर ते अमरदास रामदास हुई सहाय अर्जन हर गोविंद नो सिमरो श्री हर राय श्री हर कृष्ण ध्याई जिस जिठे सब दुख जाए तेग बहादुर सिमरै घर नान दावै ताए सब थाई होए सहाए दसवें पातशाह श्री गुरु गोविंद सिंह कलगीधर सच्चे पातशाह मालक पिता जी सब थाई होना जी सहाए सत श्री अकाल पुरख जी का ध्यान तरीके खालसा जी साध संगत साहेब बोलना जी
ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗ ਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜੁਰ ਕਲ ਜੁਗ ਕੇ ਬੋਹਿਤ ਨਾਮ ਕੇ ਜਹਾਜ ਹਾਲਤ ਪਲਤ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿਸ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਬੁਲਣਾ ਜੀ ਧਿਆਨ ਕਰਕੇ ਬੋਲਣਾ ਜੀ ਸਮੂਹ ਸ਼ਹੀਦਾਂ ਸਿੰਘਾਂ ਪਿਆਰਿਆਂ ਜੀ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਮੂਹ ਗੁਰ ਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਪੰਗਿਆਂ ਨਿਸ਼ਾਨਾਂ ਬਾਬਾ ਜੀ ਦੇ ਨਾਮ ਬੰਦਗੀ ਵਾਲੇ ਪਵਿੱਤਰ ਬਰਜਾਦਾ ਵਾਲੇ ਸਥਾਨਾਂ ਦਾ ਧਿਆਨ ਕਰਕੇ ਬੋਲਣਾ ਜੀ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਰਾਤ ਦੇ ਦੀਵਾਨ ਸਜਾਏ ਗਏ ਹਨ ਬਾਣੀ ਪੜੀ ਸੁਣੀ ਦਰ ਪ੍ਰਵਾਨ ਕਰਨੀ ਆਈ ਹੋਈ ਸੰਗਤ ਦੀ ਦਰ ਤੇ ਹਾਜ਼ਰੀ ਲਾਉਣੀ ਜੋ ਵੀ ਜੀ ਇਸ ਸਮੇਂ ਆਪ ਜੀ ਦੇ ਸੋਹਣੇ ਦਰਬਾਰ ਤੇ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਹੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਵੇ ਸੋ ਹਰ ਪਿਆਰੇ ਸੁਖ ਦੁੱਖ ਮਾਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਵਸਤਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਅਰਪਾ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਨਾਮ ਜਿਸ ਮਨ ਵਸੈ ਸੁਣ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਰੂਪ ਰੋਗ ਬਿਨ ਸੇਵੈ ਪਰਮ ਸਾਧ ਨਾਮ ਨਿਰਮਲਤਾ ਕੇ ਕਰ ਸਭ ਤੇ ਊਚ ਤਾਕੀ ਸੋਭਾ ਬਾਣੀ ਨਾਮ ਸੁਖਮਨੀ ਸਹਾਈ ਧਨ ਹਮਾਰਾ ਮੀਤ ਰਹਾਓ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀ ਤੋ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਹਰਿਆ ਸਪਿਆ ਮੈਂ ਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਨਾਨਕ ਦੀਆਂ ਸੰਗਤਾਂ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ 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 ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ
वाहे गुरु 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 आपां देख सकते हैं कि रात दे 11:30 के करीब का टाइम है, पर उत्साह देख लो। ये संगत आ दिल्ली की जी नंदीश्वर दरबार के नाल जुड़ी हुई है, हरेक की अखा देखो ध्यान दे नाल कि ज़्यादा ग्लो आ, कि ज़्यादा इन्हों एनर्जी हैगी आ। ये सारी पूर्ण महापुरख बदनी वाले बाबा जी जोड़े ने जोरा सिंह जी और उन्होंने जेडे नाल बाबा जी बाबा गुरबख्श सिंह जी उन्हों की एनर्जी हैगी है, जिदे करके आप देख सकते कि सारी संगत को रीचार्ज किया हो। गल करांगे बाई जी के नाल जिहड़े पिछले लंबे समय तो स्टेज की सेवा निभा रहे हैं। भाई सतपाल जी स्वागत है तुहाडा साडे स्पैशल शो च, की कहना चाहोगे इन्हां दवानां दे विच हज़ारां की गिनती संगत जिहड़ियां जिहड़ी नतमस्तक होई और उन्हां ने समागम दिल्ली शहर संत नगर खंडू कलोनी वालों हरेक साल की तरह जो अज का समागम 27वां समागम है, बाबा जी वालों बाबा जोरा सिंह जी बदनी कलां वाले जो हरेक साल इतने दीवाना की कृपा करते हैं, दिल्ली शहर दियाँ संत नगर दियाँ होर सारे इलाके दगत तिलक नगर दगत सारे रल मिल के गुरमुखारों कट्ठे हो के एकमुख हो के दीवाना की जो बाबा जी पास बेनती करते हैं, दीवाना की बख्शिश हुई है 27वां दीवान है अज जो बाबा गुरबख्श सिंह जी जो साढ़े बहुत ही सत्कार योग उन्होंने अमृत प्रताए बचन फरमाए, जो बचन कल को अमृत छकाया जाना है, अमृत छकन वाली संगत ने अमृत शक्ति गुरु वाल बन के अपने जीवन सफला करना है। अज का समागम पंजाब प्रेस वालों 9:45 तो 11:45 तक 2 घंटे का समागम है। सारिया सिख संगत ने इस समागम के दर्शन करके हाजरियों वास्ते लाभ प्राप्त करिए जी। आओ जो इतों के प्रधान और जगदीप सिंह दीशा जी वो अगर अगला समागम सुना। वाहेगुरु जी का खालसा वाहेगुरु जी की फतेह। ये ठंडी इलाका बाबा जी ने 1997 चरण पाए, इतने पहली बार दुकान लगी, सारिया संगत इकट्ठिया हो गए रल मिल के दिल्ली के कोने कोने से आ के सेवा कर दिया ने। हर बंदे अपनी ड्यूटियां निभाते हैं, जिते जिते जिती भी सेवा लगती है पूरी तनदेही निभाते हैं। तो बड़ा प्यार सत्कार है महापुरुखों के दर्शनों की, आस उड़ीक रही है कि कदों साल हूँ दीवान खत्म होने तो अगले दीवान की पहले तरीक की ध्यान आता भी बाबा जी आएंगे संगतों को दर्शन देंगे, गुरबाणी का प्रवाह चलेगा, बहुत संगत नाम जप के गुरु वालियां बनदिया ने, अमृत छकते ने, नशे छट जाते हैं और कई प्रकार के विकार उन्होंने दूर हो जाते हैं। कोई बीमार बीमार आता है बाबा जी को भुगतता है, बाबा जी दृष्टि के नाल उन्होंने आराम करते हैं। बहुत ही साथियां रोज़ ही बाबा जी ने बन जाती ने जिन्होंने आराम आता है। तो सारिया संगत अपना पूरा योगदान पा के इस समागम के अंदर सेवा कर दिया ने, तन मन धन के नाल तन दे पूरा सहयोग दिंदियां ने। तो सारिया संगत का बाबा जी का बहुत धन्यवाद है जिहड़े आके संगत नवाजते हैं और गुरु नाल जोड़ते हैं। सारिया संगत वालों दास आप जी का बहुत बहुत धन्यवाद करता है। वाहेगुरु जी का खालसा वाहेगुरु जी की फतेह। शालीमार बाग वाले वो अगे बोलन।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਦਿੱਲੀ ਦੀ ਸੰਗਤ ਹਾਂ, ਬਾਬਾ ਜੀ ਦੇ ਬਹੁਤ ਹੀ ਉਪਕਾਰ ਹਨ ਸਾਡੇ ਉੱਤੇ। ਸਭ ਤੋਂ ਪਹਿਲੀ ਵਾਰ ਬਾਬਾ ਜੀ 1995 ਵਿੱਚ ਸ਼ਾਲੀਮਾਰ ਬਾਗ ਦੀਵਾਨ ਲਾਏ ਸੀ। 5 ਦੀਵਾਨਾਂ ਦੀ ਬਖਸ਼ਿਸ਼ ਉਦੋਂ ਬਾਬਾ ਜੀ ਨੇ ਕੀਤੀ ਸੀ। ਉਸ ਤੋਂ ਬਾਅਦ 96 ਵਿੱਚ ਰੋਸ਼ਨਾਰਾ ਬਾਗ, ਉੱਥੇ 16 ਦੀਵਾਨ, ਜੋ ਅੱਜ ਤੱਕ ਦਾ ਰਿਕਾਰਡ ਹੈ ਬਾਬਾ ਜੀ ਦਾ, 16 ਦੀਵਾਨਾਂ ਦੀ ਬਖਸ਼ਿਸ਼ ਰੋਸ਼ਨਾਰਾ ਬਾਗ 1996 ਵਿੱਚ ਹੋਈ। ਅਤੇ ਉਸੇ ਸਾਲ ਹੀ ਬਾਬਾ ਜੀ ਨੇ ਭਲਸਵਾ ਡੇਰੀ, ਜੋ ਆਨੰਦ ਈਸ਼ਰ ਦਰਬਾਰ ਦਾ ਨੀਂਹ ਪੱਥਰ ਰੱਖ ਕੇ ਉੱਥੇ ਬੜਾ ਹੀ ਸੁੰਦਰ ਆਲੀਸ਼ਾਨ ਆਨੰਦ ਈਸ਼ਰ ਦਰਬਾਰ ਬਾਬਾ ਜੀ ਨੇ ਅਸਥਾਨ ਮੁਕੰਮਲ ਕੀਤਾ। ਉੱਥੇ ਹਰ ਐਤਵਾਰ ਨੂੰ ਸਵੇਰ ਦਾ ਸਮਾਂ ਦੀਵਾਨ ਸਜਦਾ ਹੈ ਅਤੇ ਹਰ ਪੂਰਨਮਾਸ਼ੀ ਨੂੰ ਬਾਬਾ ਜੀ ਆਪ ਬਦਨੀ ਕਲਾਂ ਤੋਂ ਆ ਕੇ ਉੱਥੇ ਸੰਗਤਾਂ ਨੂੰ ਨਿਵਾਜਦੇ ਹਨ, ਆਪਣੇ ਅਨਮੋਲ ਬਚਨ ਬਾਬਾ ਜੀ ਕਰਦੇ ਹਨ ਅਤੇ ਸੰਗਤਾਂ ਉਹਨਾਂ ਤੋਂ ਲਾਹਾ ਪ੍ਰਾਪਤ ਕਰਦੀਆਂ ਹਨ। ਇਹ ਚੌਖੰਡੀ ਇਲਾਕਾ ਜਿੱਥੇ ਅੱਜ ਬਾਬਾ ਜੀ ਨੂੰ 27 ਸਾਲ ਹੋ ਗਏ ਹਨ, ਹਰ ਸਾਲ ਬਾਬਾ ਜੀ ਇੱਥੇ ਆ ਕੇ ਆਪਣੇ ਅਨਮੋਲਕ ਬਚਨ ਸੰਗਤਾਂ ਨੂੰ ਸੁਣਾਉਂਦੇ ਹਨ, ਨਾਲੇ ਨਾਲ ਹੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ, ਅੰਮ੍ਰਿਤ ਨਾਲ ਜੋੜਦੇ ਹਨ। ਅੱਜ ਦਾ ਪੂਰਾ ਸਮਾਗਮ, ਜੋ ਹੁਣੇ ਮੇਰੇ ਸਤਿਵੀਰ ਸਤਪਾਲ ਜੀ ਦੱਸ ਰਹੇ ਸਨ, ਪੂਰਾ ਸਮਾਗਮ ਅੰਮ੍ਰਿਤ ਦੇ ਉੱਤੇ ਹੀ ਸੀ, ਕਿਉਂਕਿ ਅੱਜ ਸੰਤ ਸੁਜਾਨ ਸਿੰਘ ਜੀ ਦੇ ਪੁੱਤਰੀ ਨਰੈਣ ਪ੍ਰਕਾਸ਼ ਸਿੰਘ ਜੀ ਉਹ ਵੀ ਆਏ ਸਨ, ਉਹਨਾਂ ਨੇ ਵੀ ਅੰਮ੍ਰਿਤ ਦੇ ਵਰਤਾਏ ਹੀ ਬਚਨ ਕੀਤੇ। ਉਸ ਤੋਂ ਬਾਅਦ ਬੰਗਲਾ ਸਾਹਿਬ ਦੇ ਹਜ਼ੂਰੀ ਜੋ ਹੈੱਡ ਗ੍ਰੰਥੀ ਹਨ ਭਾਈ ਰਣਜੀਤ ਸਿੰਘ ਜੀ, ਉਹਨਾਂ ਨੇ ਵੀ ਅੰਮ੍ਰਿਤ ਦੇ ਵਰਤਾਏ ਹੀ ਪ੍ਰਵਚਨ ਕੀਤੇ। ਅਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਉਹਨਾਂ ਨੇ ਵੀ ਇੱਥੇ ਸਾਰੇ ਹੀ ਜੋ ਪ੍ਰਵਚਨ ਕੀਤੇ ਉਹ ਅੰਮ੍ਰਿਤ ਦੇ ਪ੍ਰਥਾਏ ਕੀਤੇ। ਕੱਲ੍ਹ ਨੂੰ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਅਤੇ ਵੱਧ ਤੋਂ ਵੱਧ ਸੰਗਤਾਂ ਨੇ ਇੱਥੇ ਅੰਮ੍ਰਿਤ ਦਾ ਲਾਹਾ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਬਾਬਾ ਜੀ ਦੇ ਸੰਗੀ ਹਨ, ਇਹ ਆਪ ਜੀ ਸਾਬਿਤ ਹੋਣਗੇ ਅਤੇ ਇਹ ਆਪ ਜੀ ਨਾਲ ਪ੍ਰਵਚਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਹਾਰੀ ਕੋਈ ਆਪਣੇ ਦਿਓ ਪਾਣੀ ਸਨਮਾਨ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੇ ਪਾਉਣ। ਅਸੀਂ ਸਾਰੇ ਧੰਨਵਾਦੀ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਬਾਬਾ ਜੋਰਾ ਸਿੰਘ ਜੀ ਪੁੱਤੀ ਕਲਾ ਵਾਲਿਆਂ ਦੇ, ਬਾਬਾ ਪ੍ਰਭਾਸ਼ ਸਿੰਘ ਜੀ ਦੇ, ਜਿਨ੍ਹਾਂ ਨੇ ਜਿਹੜੇ ਕਿ ਹਰ ਸਾਲ ਇੱਥੇ ਇਸ ਸਥਾਨ 'ਤੇ ਆ ਕੇ ਦਿੱਲੀ ਦੇ ਵਿੱਚ ਆ ਕੇ ਸੰਗਤਾਂ ਨੂੰ ਤਾਰਦੇ ਹਨ ਅਤੇ ਮਾਨਸ ਤੋਂ ਦੇਵਤੇ ਪਾਉਂਦੇ ਹਨ। ਮਾਨ ਚੁਨੀ ਦੇ ਵਿੱਚ ਜਦੋਂ ਅੰਮ੍ਰਿਤ ਛਕਾਉਂਦੇ ਹਨ ਤਾਂ ਆਦਮੀ ਦੇਵਤਿਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਲੜੀ ਦੇ ਸੰਬੰਧ ਦੇ ਵਿੱਚ ਹੀ ਅੱਜ 27ਵਾਂ ਜੋ ਧਾਰਮਿਕ ਦੀਵਾਨ ਇਸ ਚੁਕੰਡੀ ਦੇ ਇਲਾਕੇ ਵਿੱਚ ਚੱਲ ਰਹੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆ ਕੇ ਇਸ ਸਥਾਨ 'ਤੇ ਜੋ ਕੱਲ੍ਹ ਦਾ ਦੀਵਾਨ ਹੈ ਉਸਦੇ ਵਿੱਚ ਆ ਕੇ ਹਾਜ਼ਰੀ ਭਰੋ, ਗੁਰੂ ਸਾਹਿਬਾਂ ਦੇ ਦਰਸ਼ਨ ਕਰੋ, ਬਾਬਾ ਗੁਰਬਖਸ਼ ਸਿੰਘ ਜੀ ਦੇ ਪ੍ਰਵਚਨ ਸਰਵਣ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ। ਅਤੇ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਹੜੀਆਂ ਇਸ ਸੰਗਤ ਦੀਵਾਨਾਂ ਵਿੱਚ ਆ ਕੇ ਹਾਜ਼ਰੀਆਂ ਭਰਦੀਆਂ ਹਨ ਅਤੇ ਹੱਥੀਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਦੀਆਂ ਹਨ। ਇੱਥੋਂ ਦੇ ਪ੍ਰਬੰਧਕਾਂ ਦਾ, ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿ ਬਾਬਾ ਜੀ ਦੇ ਸਾਨੂੰ ਹਰ ਸਾਲ ਦਰਸ਼ਨ ਕਰਵਾਉਂਦੇ ਹਨ, ਉੱਥੋਂ ਜਾ ਕੇ ਦੀਵਾਨਾਂ ਦੀ ਜੇਤਾਂ ਲੈ ਕੇ ਆਉਂਦੇ ਹਨ। ਅਤੇ ਸਾਰਾ ਪ੍ਰਬੰਧ, ਇਹ ਬਹੁਤ ਵੱਡਾ ਪ੍ਰਬੰਧ ਹੈ ਜਿਹੜਾ ਕਿ ਇੱਥੋਂ ਦੇ ਪ੍ਰਬੰਧਕ ਕਰਦੇ ਹਨ। ਅਸੀਂ ਸਾਰੇ ਹੀ ਵੀਰ ਦੁਨੀਆ ਸੰਗਤਾਂ ਹਨ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।